आज अपना किसान आगू सरदार जगत औलख साहब जेडे हरियाणा दे विचों ने सरदार गुरनाम सिंह जी किडूनी जेडी उन्हां दी किसान यूनियन ने ओहदे कोर कमेटी दे मैंबर आ उन्हां दे नाल आपां जिहड़ा किसान संघर्ष चल रहा किसान मोर्चा चल रहा ओहदे संबंध दे विच गल करांगे। सब तों पहलां गीआं आखदे आं वाहिगुरु जी का खालसा वाहिगुरु जी की फतेह। जी वाहिगुरु जी का खालसा वाहिगुरु जी की फतेह। जगदीप सिंह जी धन्नवाद तुहाडा तुसीं समां कढ़िया आवाज़े कौम लई। असीं विदेशां विच बैठे भी फिक्रमंद आ पंजाब लई पंजाब भारत दे किसानां लई खास तौर ते जिहड़ा संघर्ष किसानां दा चल रहा ओहदे संबंध दे विच पहलां संखेप रूप च जानना चाहांगे क्यों लाउणा पिया इह संघर्ष मोर्चा क्यों लाउणा पिया। सब तो पहला तो तुहाडे चैनल दे जिन्ने दर्शक ने सारे भरावां नूं मैं दुबारा तो वाहिगुरु जी का खालसा वाहिगुरु जी की फतेह बुलाने आ जी। उस तो बाद मैं तुहानूं सब तो पहलो जिहड़ा तुसीं सवाल आ कीता वी इह सानूं संघर्ष चालू क्यों करना पिया क्यों स्टार्ट करना पिया ठीक इहदे बारे मैं तुहानूं आ कहना चाहांगा जी। जदों दी इह सरकार आई है इस देश च 2014 तो बीजेपी सरकार मोदी गवर्नमेंट ठीक इहदा एक क्लीयर एजेंडा रहा ਇਸ ਦੇਸ਼ ਦੇ ਜਿੰਨੇ ਸਰਕਾਰੀ ਕੰਪਨੀਆਂ ਨੇ ਜਾਂ ਜੋ ਸਾਡਾ ਗੌਰਮੈਂਟ ਸਿਸਟਮ ਹੈ ਗੌਰਮੈਂਟ ਤੋਂ ਰਿਲੇਟਡ ਜਿੰਨੀਆਂ ਸਾਡੀਆਂ ਦੇਸ਼ ਦੀਆਂ ਸਰਕਾਰੀ ਕੰਪਨੀਆਂ ਸਨ ਹਰ ਚੀਜ਼ ਇੱਕ ਸਿਸਟਮ ਦੇ ਨਾਲ ਇਹ ਦੇਸ਼ ਦੇ ਕਾਰਪੋਰੇਟ ਨੂੰ ਸੌਂਪਣ ਜਾ ਰਹੇ ਨੇ ਜਿਵੇਂ ਕਿ ਇਹਨਾਂ ਰੇਲਵੇ ਦੇ ਜ਼ਿਆਦਾਤਰ ਰੇਲਵੇ ਨੂੰ ਵੀ ਪ੍ਰਾਈਵੇਟਾਈਜੇਸ਼ਨ ਕਰਤਾ ਵੱਡੇ ਵੱਡੇ ਪੂੰਜੀਪਤੀਆਂ ਦੇ ਹੱਥ ਦੇਤਾ ਸਾਡੇ ਏਅਰਪੋਰਟ ਦੇਤੇ ਇਸ ਤੋਂ ਇਲਾਵਾ ਹੋਰ ਬਹੁਤ ਸੰਸਥਾਵਾਂ ਐਵੇਂ ਦੀਆਂ ਸਨ ਜਿਹੜੀਆਂ ਇਹਨਾਂ ਨੇ ਪ੍ਰਾਈਵੇਟ ਕਰਤੀਆਂ। ਹੁਣ ਅਗਲਾ ਸਟੈਪ ਇਹਨਾਂ ਕੀ ਕੀਤਾ ਜੋ ਸਾਡੀ ਖੇਤੀ ਹੈ ਇਹਦੇ ਜੋ ਸਾਡਾ ਖਾਣ ਦੀ ਚੀਜ਼ ਹੈ ਜੋ ਸਾਡੀ ਰੋਟੀ ਹੈ ਉਹਦੇ ਤੇ ਵੀ ਸਾਡੇ ਕਾਰਪੋਰੇਟ ਕਬਜ਼ਾ ਕਰਨਾ ਚਾਹ ਰਹੇ ਸਨ ਵੀ ਕਿਸੇ ਤਰੀਕੇ ਅਸੀਂ ਇਸ ਖੇਤਰ ਵਿੱਚ ਵੀ ਆਈਏ ਜਿਹਦੇ ਨਾਲ ਜਿਹੜੇ ਇਸ ਦੇਸ਼ ਦੇ ਅਨਾਜ ਨੇ ਦਾਲਾਂ ਨੇ ਇਹਨਾਂ ਉੱਤੇ ਸਾਡਾ ਕਬਜ਼ਾ ਹੋਏ ਠੀਕ ਹੈ। ਉਹਦਾ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਭਾਰਤ ਦੇਸ਼ ਹੈ ਇਹ ਬਹੁਤ ਹੀ ਪਾਪੂਲੇਸ਼ਨ ਵਾਲਾ ਕੰਟਰੀ ਹੈ 130 ਕਰੋੜ ਪਾਪੂਲੇਸ਼ਨ ਇਕੱਲੇ ਦੇਸ਼ ਦੀ ਹੈ ਇਹ ਇੱਥੇ ਇੱਕ ਬਹੁਤ ਵੱਡਾ ਬਾਜ਼ਾਰ ਹੈ ਇਹਨਾਂ ਨੂੰ ਸੀ ਵੀ ਜਿਹੜੇ ਆ ਸਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਇਹ ਸਾਡੇ ਅਨਾਜ ਨੇ ਦਾਲਾਂ ਨੇ ਉਹਨਾਂ ਤੇ ਕਬਜ਼ਾ ਕੀਤਾ ਜਾਏ ਇਹ ਸਾਡੇ ਪੂੰਜੀਪਤੀਆਂ ਦੀ ਬੜੀ ਚਾਹਵਾਨ ਸਨ ਉਹ ਮੋਦੀ ਦੇ ਮਿੱਤਰ ਨੇ ਕਿਉਂਕਿ ਇਸ ਪਿਛਲੇ ਸਮੇਂ ਚ ਇਸ ਸਰਕਾਰ ਨੂੰ ਇਹਨਾਂ ਪੂੰਜੀਪਤੀਆਂ ਦੁਆਰਾ ਹੀ ਬਹੁਤ ਮੋਟਾ ਇਲੈਕਸ਼ਨਾਂ ਚ ਮਦਦ ਕੀਤੀ ਗਈ ਜਿਹੜਾ ਲਾਸਟ ਇਲੈਕਸ਼ਨ 2019 ਹੋਇਆ ਉਹਦੇ ਤੇ 60,000 ਕਰੋੜ ਰੁਪਏ ਖਰਚਾ ਆਇਆ ਲੋਕ ਸਭਾ ਇਲੈਕਸ਼ਨ ਵਿਚ ਜਦੋਂ ਦੁਬਾਰਾ ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ 30,000 ਕਰੋੜ ਰੁਪਇਆ ਇਕੱਲਾ ਬੀਜੇਪੀ ਮੋਦੀ ਨੇ ਖਰਚਾ ਕੀਤਾ ਹੁਣ ਉਹ ਪੈਸਾ ਸਾਰਾ ਸਾਡੇ ਇੰਡੀਆ ਦੇ ਦੋ ਮੇਨ ਕਾਰਪੋਰੇਟ ਨੇ ਅੰਬਾਨੀ ਤੇ ਅਡਾਨੀ ਦੇ ਰਸਤੇ ਬੀਜੇਪੀ ਨੂੰ ਮੋਦੀ ਸਰਕਾਰ ਨੂੰ ਮਿਲਦਾ ਠੀਕ ਹੈ। ਉਹਨਾਂ ਨੇ ਉਸੇ ਤਹਿਤ ਉਹਨਾਂ ਦੇ ਹਿਸਾਬ ਨਾਲ ਨੀਤੀਆਂ ਤਿਆਰ ਕਰਨੀਆਂ ਚਾਲੂ ਕਰਤੀਆਂ ਨੇ ਸਾਡੇ ਆ ਖੇਤੀ ਕਾਨੂੰਨ ਲੈ ਕੇ ਆ ਗਏ 3 ਇਹਨਾਂ ਵਿਚ ਕੀ ਸਭ ਤੋਂ ਵੱਡੀ ਗੱਲ ਸਾਡਾ MSP ਸਾਡਾ ਮੰਡੀ ਸਿਸਟਮ ਸਾਰਾ ਉਹਨੂੰ ਖਤਮ ਕਰਨ ਲਈ ਇਹਨਾਂ ਇਹ ਸਾਰਾ ਪ੍ਰਯਤਨ ਕੀਤਾ ਹੈ। ਉਸ ਤੋਂ ਇਲਾਵਾ ਇਹਨਾਂ ਨੇ ਕੰਟਰੈਕਟ ਫਾਰਮਿੰਗ ਲੈ ਕੇ ਆ ਗਏ ਵੱਡੀ ਵੱਡੀ ਕੰਪਨੀਆਂ ਦੀ ਇੱਕ ਡਿਮਾਂਡ ਸੀ ਵੀ ਅਸੀਂ ਇੰਡੀਆ ਵਿਚ ਖੇਤੀ ਐਗਰੀਕਲਚਰ ਫੀਲਡ ਵਿਚ ਤਾਂ ਆਗੇ ਜਦੋਂ ਸਾਡੇ ਵੱਡੇ ਵੱਡੇ ਫਾਰਮ ਤੁਸੀਂ ਸਾਨੂੰ 5,000 ਏਕੜ ਦੇ 10,000 ਏਕੜ ਦੇ ਫਾਰਮ ਬਣਾ ਕੇ ਦਿਓਗੇ ਇਸ ਕਰਕੇ ਐਵੇਂ ਦੀਆਂ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਬਈ ਜਿਹੜੀ ਖੇਤੀ ਹੈ ਆਮ ਕਿਸਾਨ ਦੇ ਹੱਥੋਂ ਨਿਕਾਲ ਕੇ ਕਾਰਪੋਰੇਟ ਨੂੰ ਦਿੱਤੀ ਜਾਏ। ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਣਾ ਚਾਹ ਰਹੀ ਹੈ ਨਾ ਉਹ ਸਾਡੀ ਫਸਲ ਖਰੀਦਣਾ ਚਾਹੁੰਦੀ ਪੂਰੇ ਰੇਟ ਤੇ ਨਾ ਹੀ ਉਹ ਸਾਨੂੰ ਖੇਤੀ ਵਿਚ ਕੋਈ ਸਬਸਿਡੀ ਦੇ ਕੇ ਸਾਡੀ ਮਦਦ ਕਰਨਾ ਚਾਹ ਰਹੀ ਸਾਰਾ ਬਜਟ ਉਹਨਾਂ ਘਟਾਤਾ ਉਹਦੇ ਇਹਨਾਂ ਕਾਨੂੰਨਾਂ ਦੇ ਰਸਤੇ ਨਾਲ ਹੀ ਉਹ ਸਾਡੇ MSP ਨੂੰ ਮੰਡੀ ਸਿਸਟਮ ਨੂੰ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਕਾਨੂੰਨ ਲੈ ਕੇ ਆਈ ਇਸ ਵਾਸਤੇ ਸਾਡੇ ਜਿਹੜੇ ਸਭ ਤੋਂ ਵੱਡੇ ਲੀਡਰ ਬਲਬੀਰ ਸਿੰਘ ਜੀ ਰਾਜੇਵਾਲ ਜੀ ਨੇ 5 ਜੂਨ ਪਿਛਲੇ ਸਾਲ 2020 ਚ ਇਹ ਕਾਨੂੰਨ ਇਹ ਓਰਡੀਨੈਂਸ ਬਣੇ ਸਨ ਉਹਨਾਂ ਨੇ ਇਹਦੇ ਉੱਤੇ ਸਟੱਡੀ ਕਰਕੇ ਬੜੀ ਜਲਦੀ ਸਾਨੂੰ ਸਾਰਿਆਂ ਨੂੰ ਅਗਾਹ ਕੀਤਾ ਵੀ ਬੜੇ ਖਤਰਨਾਕ ਨੇ ਇਹਦੇ ਨਾਲ ਸਾਡੇ ਅਸੀਂ ਤਬਾਹ ਹੋ ਜਾਵਾਂਗੇ ਤਾਂ ਫਿਰ ਸਾਨੂੰ ਪਿਛਲੇ ਸਾਲ ਹਰਿਆਣਾ ਚ ਅਸੀਂ ਅੰਦੋਲਨ 20 ਜੁਲਾਈ ਨੂੰ ਪਿਛਲੇ ਸਾਲ ਸਟਾਰਟ ਕਰਤਾ ਸੀ ਉਦਣ ਅਸੀਂ ਪੂਰੇ ਹਰਿਆਣਾ ਟਰੈਕਟਰਾਂ ਤੇ ਕਾਲੇ ਝੰਡੇ ਲਾ ਕੇ ਆਪਣੇ SDM ਆਫਿਸ ਤੇ ਤਸੀਰ ਆਫ ਸਾਇੰਸ ਪ੍ਰਦਰਸ਼ਨ ਕੀਤਾ ਸੀ ਠੀਕ ਹੈ। ਮਤਲਬ ਜਿਹੜੇ 3 ਕਾਨੂੰਨ ਆ ਮੇਨ ਉਹਨਾਂ ਨੂੰ ਲੈ ਕੇ ਜਿਹੜਾ ਇਹ ਜਿਹੜਾ ਸੰਘਰਸ਼ ਸ਼ੁਰੂ ਹੋਇਆ ਹਾਂਜੀ ਤੇ ਦੇਖੋ ਜੀ ਇਹਦੇ ਚ ਛੋਟੀ ਜਿਹੀ ਗੱਲ ਇੱਕ ਹੋਰ ਐਡ ਕਰਨਾ ਚਾਹਾਂਗੇ ਜੀ ਹੁਣ ਇਹ ਲੜਾਈ ਸਿਰਫ ਕਾਨੂੰਨਾਂ ਦੀ ਨੀ ਜੀ
लड़ाई है इस देश नू जेड़ा ए सरकार जिवे अंग्रेजा ने जदों साडे देश ते राज कीता उह सब तों पहलों व्यापार करन लई साडे देश च आए उन्होंने एक ईस्ट इंडिया कंपनी लेके आए जिन्हें कोलकाते जाके बिजनेस स्टार्ट किया उस तो बाद जो बिजनेस से कब्जा कर लिया तो उस तो बाद देश से कब्जा कर लिया हुण हुंदा की है हुण भी साडे देश नू कॉरपोरेट दे राही साडे देश ते दुबारा कब्जा होने जा रहा है। असल जदों भी असि गुलाम होवांगे ओहदे वास्ते कोई प्रेस कॉन्फ्रेंस नहीं होगी कोई आ नहीं कहेगा जी तुसीं हुण इस तो बाद गुलाम हो जदों अंग्रेजा ने भी सानू गुलाम बनाया तां कोई ओहदी अनाउंसमेंट नहीं हुंदी ਉਹ ਸਾਰੀਆਂ ਚੀਜ਼ਾਂ ਤੇ ਸੰਸਾਧਨਾਂ ਤੇ ਕਬਜ਼ਾ ਕਰ ਲੈਂਦੇ ਤੇ ਤੁਸੀਂ ਆਪਣੇ ਆਪ ਹੀ ਗੁਲਾਮ ਹੋ ਜਾਂਦੇ ਹੋ ਉਹਨਾਂ ਦੀਆਂ ਨੀਤੀਆਂ ਬਣ ਜਾਂਦੀਆਂ ਨੇ ਉਹ ਦੇਸ਼ ਨੂੰ ਚਲਾਉਣ ਲੱਗ ਜਾਂਦੇ ਨੇ ਉਹੀ ਕੰਮ ਸਾਡੇ ਦੇਸ਼ ਨਾਲ ਹੋਣ ਜਾ ਰਿਹਾ ਹੈ। ਇਹ ਲੜਾਈ ਇੱਕ ਪੂੰਜੀਪਤੀਆਂ ਦੇ ਕਾਰਪੋਰੇਟ ਦੇ ਖਿਲਾਫ ਹੈ ਜੋ ਪੂਰੇ ਦੇਸ਼ ਦਾ ਸਭ ਕੁਛ ਉਹ ਇਕੱਲੇ ਖਾਣਾ ਚਾਹੁੰਦੇ ਨੇ। ਲੜਾਈ ਖਾਲੀ ਆ ਨੀ ਤਿੰਨ ਕਾਨੂੰਨ ਲੜਾਈ ਇਸ ਦੇਸ਼ ਨੂੰ ਬਚਾਉਣ ਦੀ ਹੈ। ਇਹ ਜਗਦੀਪ ਸਿੰਘ ਜੀ ਜਿੱਦਾਂ ਤੁਸੀਂ ਬਹੁਤ ਵੱਡੀ ਗੱਲ ਕੀਤੀ ਆ ਵੀ ਇਹ ਤੇ ਨਹੀਂ ਹੋ ਸਕਦਾ ਫਿਰ ਕੱਲਾ ਮਤਲਬ 2014 ਤੋਂ ਬੀਜੇਪੀ ਸਰਕਾਰ ਨੇ ਕੀਤਾ ਹੋਵੇ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਇੱਕ ਦਿਨ ਦਾ ਜਾਂ 10-20 ਸਾਲ ਦਾ ਤਾਂ ਕੰਮ ਨਹੀਂ ਹੋਊਗਾ ਕੰਮ ਇਹ ਕਾਫੀ ਦੇਰ ਤੋਂ ਸ਼ੁਰੂ ਹੋਇਆ ਹੋਊਗਾ। ਦੇਖੋ ਜੀ 1991 ਵਿੱਚ ਕੰਮ ਸਟਾਰਟ ਹੋ ਗਿਆ ਸੀ। ਅੱਛਾ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਸ ਟਾਈਮ ਵਿਚ ਇਹਨਾਂ ਨੂੰ ਇਹਨਾਂ ਨੇ ਬਾਹਰਲੇ ਦੇਸ਼ ਦੀਆਂ ਜਿਹੜੀਆਂ MNC ਕੰਪਨੀਆਂ ਨੇ ਜਦੋਂ ਉਹਨਾਂ ਨੂੰ ਸਾਡੇ ਇੱਥੇ ਬਾਜ਼ਾਰ ਵਿਚ ਉਤਰਨ ਦੀ ਪਰਮਿਸ਼ਨ ਦਿੱਤੀ ਤਾਂ ਹੋਇਆ ਕੀ 91 ਤੋਂ ਬਾਅਦ 91 ਤੋਂ ਬਾਅਦ ਸਾਡੀ ਜਦੋਂ ਐਗਰੀਕਲਚਰ ਵਿਚ ਜਿਹੜੀ ਸਾਡੀ ਲਾਗਤ ਸੀ ਸਾਡੇ ਖਰਚੇ ਵਧੇ ਨੇ ਸਾਡਾ ਪ੍ਰੋਫਿਟ ਘਟਿਆ। ਠੀਕ ਹੁਣ ਕੀ ਹੋ ਰਿਹਾ ਮਤਲਬ ਇਹ ਸਰਕਾਰ ਸਾਨੂੰ ਕਹਿ ਰਹੀ ਹੈ ਜੀ ਅਸੀਂ ਤੁਹਾਡਾ 50 ਰੁਪਏ ਕਣਕ ਦਾ ਰੇਟ ਵਧਾ ਤਾ ਜੀ ਹੈ ਉਹਦੇ ਦੂਜੇ ਪਾਸੇ 30 ਰੁਪਏ ਸਾਡਾ ਡੀਜ਼ਲ ਮਹਿੰਗਾ ਕਰਤਾ। ਠੀਕ ਉਹਦੇ ਦੂਜੇ ਪਾਸੇ ਸਾਡੀ ਖਾਦ ਮਹਿੰਗੀ ਕਰਤੀ ਜੀ ਇੱਕ ਬੈਗ 200 ਰੁਪਏ ਪਰ ਬੈਗ ਦੇ ਹਿਸਾਬ ਨਾਲ ਉਹਦੇ ਦੂਜੇ ਪਾਸੇ ਜਿਹੜੀਆਂ ਅਸੀਂ ਪੈਸਟੀਸਾਈਡ ਜਾਂ ਹੋਰ ਖਰਚੇ ਨੇ ਸਾਡਾ ਹਰ ਖਰਚਾ ਵੱਧ ਗਿਆ। ਠੀਕ ਹੈ ਕਹਿਣ ਦਾ ਮਤਲਬ 91 ਤੋਂ ਬਾਅਦ ਹੋਇਆ ਕੀ ਹੈ ਲਗਾਤਾਰ ਸਾਡੀ ਲਾਗਤ ਬੁੱਲਿਆ ਜਿਹਨੂੰ ਅਸੀਂ ਕਹਾਂਗੇ ਸਾਡਾ ਫਸਲ ਨੂੰ ਤਿਆਰ ਕਰਨ ਦਾ ਖਰਚਾ ਉਹ ਲਗਾਤਾਰ ਵੱਧ ਰਿਹਾ ਸਾਡੀ ਕਮਾਈ ਸੁਕੜਦੀ ਆ ਗਈ ਕਮਾਈ ਘਟਦੀ ਆ ਗਈ ਜਿਹਦੇ ਕਰਕੇ ਹੁਣ ਸਾਡੀ ਖੇਤੀ ਬਰਬਾਦ ਹੋ ਰਹੀ ਹੈ। ਇਹ ਸਭ ਤੋਂ ਵੱਡਾ ਸਾਨੂੰ ਡਰਾਬੈਕ ਹੋਇਆ। 2014 ਦੇ ਵਿੱਚ ਬੀਜੇਪੀ ਸਰਕਾਰ ਆਈ ਵੀ ਆ ਉਦੋਂ ਵੀ ਕਿਸਾਨ ਜਥੇਬੰਦੀਆਂ ਨੇ ਮਤਲਬ ਇੱਕ ਕਮਿਸ਼ਨ ਦਾ ਵਾਅਦਾ ਕੀਤਾ ਗਿਆ ਕਿਸਾਨਾਂ ਦੇ ਨਾਲ ਵੀ ਅਸੀਂ ਜੇ ਆਏ ਤੇ ਉਹ ਲਾਗੂ ਕਰਾਂਗੇ ਸਵਾਮੀਨਾਥਨ ਜੀ ਕਮਿਸ਼ਨ ਮਤਲਬ ਉਦੋਂ ਆਵਾਜ਼ ਤੁਸੀਂ ਵੱਖਰੇ ਵੱਖਰੇ ਤਰੀਕੇ ਨਾਲ ਉਠਾਉਂਦੇ ਰਹੇ ਵੀ ਇੰਨਾ ਲੰਮਾ ਸਮਾਂ ਨਿਕਲ ਗਿਆ 20-25 ਸਾਲ ਨਿਕਲ ਗਏ ਕਿ ਹੁਣ ਜਾ ਕੇ 2020 ਦੇ ਵਿੱਚ ਜਾ ਕੇ ਇਹ ਪੂਰਾ ਪਤਾ ਲੱਗਾ। ਦੇਖੋ ਜੀ ਗੱਲ ਐਵੇਂ ਜੀ ਮੇਨ ਗੱਲ ਕੀ ਸੀ ਜੋ ਪਿੱਛੇ ਸਰਕਾਰਾਂ ਰਹੀਆਂ ਹਾਂਜੀ ਮਤਲਬ ਅਸੀਂ ਆਹ ਕਹਾਂਗੇ ਵੀ ਉਹਨਾਂ ਵੀ ਕੋਈ ਸਾਡਾ ਭਲਾ ਨਹੀਂ ਕੀਤਾ ਪਰ ਇੰਨਾ ਜ਼ਰੂਰ ਸੀ ਉਹ ਸਾਡੇ ਕਿਸਾਨਾਂ ਕਿਸਾਨ ਜਿਹਦੇ ਆਵਾਜ਼ ਚੁੱਕਦੇ ਸਨ ਉਹ ਆਵਾਜ਼ ਨੂੰ ਸੁਣਦੇ ਸਨ ਉਹ ਡਿਕਟੇਟਰ ਨਹੀਂ ਸਨ। ਇਸ ਟਾਈਪ ਜਿਵੇਂ ਇਹ ਡਿਕਟੇਟਰ ਪ੍ਰਧਾਨ ਮੰਤਰੀ ਆਇਆ ਉਹ ਇਸ ਟਾਈਪ ਦੇ ਡਿਕਟੇਟਰ ਪ੍ਰਧਾਨ ਮੰਤਰੀ ਨਹੀਂ ਸਨ। ਉਸ ਟਾਈਮ ਤੇ ਵੀ ਅੰਦੋਲਨ ਹੋਏ ਪਰ ਉਹ ਸਰਕਾਰਾਂ ਫਿਰ ਵੀ ਕਿਸੇ ਨਾ ਕਿਸੇ ਜੇ ਅਸੀਂ 100 ਰੁਪਿਆ ਮੰਗਣ ਲਈ ਨਿਕਲਦੇ ਸਾਂ ਸਾਡਾ ਕੁਛ ਨਾ ਕੁਛ ਸਾਡੀ ਘੱਟੋ ਘੱਟ ਗੱਲ ਸੁਣੀ ਜਾਂਦੀ ਸੀ। ਠੀਕ ਹੈ ਇਹ ਹੁਣ ਇਹ ਬੰਦਾ ਐਵੇਂ ਦਾ ਪ੍ਰਧਾਨ ਮੰਤਰੀ ਬਣਿਆ ਜਦੋਂ 2014 ਦੇ ਇਹਨੇ ਇਲੈਕਸ਼ਨ ਲੜਿਆ ਇਸਨੇ ਸਾਨੂੰ ਉਹ ਰਿਕਾਰਡਿਡ ਗੱਲ ਏ ਇਹਨੇ ਰੈਲੀਆਂ ਚ ਕਿਹਾ ਬਈ ਅਸੀਂ ਤੁਹਾਨੂੰ ਮਤਲਬ ਇੱਕ ਤਾਂ ਤੁਹਾਡੀ ਮੈਂ ਬਣਦੀ ਸਵਾਮੀਨਾਥਨ ਯੋਗ ਰਿਪੋਰਟ ਲਾਗੂ ਕਰਾਂਗਾ ਉਹਦਾ ਮੀਨਿੰਗ ਆ ਅਸੀਂ ਸਾਨੂੰ ਫਸਲਾਂ ਦੇ 1.5 ਗੁਣਾ ਰੇਟ ਮਿਲਣਗੇ। ਠੀਕ ਹੈ ਠੀਕ ਹੈ ਜੀ ਆਪਣੇ ਲਾਗਤ ਮੁੱਲਿਆਂ ਤੋਂ ਜਿੰਨਾ ਸਾਡਾ ਉਹਦੇ ਖਰਚਾ ਹੁੰਦਾ ਫਸਲ ਨੂੰ ਤਿਆਰ ਕਰਨ ਚ ਉਸ ਤੋਂ ਸਾਨੂੰ 50% ਐਕਸਟਰਾ ਮਾਰਜਨ ਨਾਲ ਦਿੱਤਾ ਜਾਏਗਾ। ਠੀਕ ਠੀਕ ਹੈ ਜੀ ਹਾਂਜੀ ਉਹ ਰਿਪੋਰਟ 2007 ਦੀ ਕਾਂਗਰਸ ਦੇ ਟਾਈਮ ਦੀ ਤਿਆਰ ਹੋ ਕੇ ਇੱਕ ਸਾਈਡ ਤੇ ਰੱਖੀ ਉਹਨੂੰ ਲਾਗੂ ਨਹੀਂ ਕੀਤਾ ਗਿਆ। ਇਸ ਨੇ ਕਿਹਾ ਜੀ ਮੈਂ ਲਾਗੂ ਕਰਾਂਗਾ ਦੂਜਾ ਇਸ ਨੇ ਕਿਹਾ ਤੁਸੀਂ ਮੈਨੂੰ ਵੋਟ ਦੇ ਕੇ ਬਣਾ ਦੋ ਜਿੱਦਣ ਮੈਂ ਬਣ ਗਿਆ ਮੇਰੀ ਪਹਿਲੀ ਕੈਬਿਨੇਟ ਮੀਟਿੰਗ ਹੈ ਤੇ ਮੈਂ ਕਿਸਾਨਾਂ ਦਾ ਸਾਡੇ ਬੈਂਕਾਂ ਜਿੰਨਾ ਕਰਜ਼ਾ ਮੈਂ ਇੱਕ ਵਾਰ ਮਾਫ ਕਰ ਦਵਾਂਗਾ। ਠੀਕ ਹੈ ਇਹ ਵਾਅਦੇ ਕਰਕੇ ਇਹਨੇ ਸਾਡੇ ਵੋਟ ਲਏ ਕਿਸਾਨਾਂ ਦੇ ਤੇ ਇਹਨੂੰ ਥੋਕ ਦੇ ਪਾ ਲੋਕਾਂ ਵੋਟ ਵੀ ਦਿੱਤੇ। ਠੀਕ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਹੀ 2015 ਵਿਚ ਸੁਪਰੀਮ ਕੋਰਟ ਚ ਕੇਸ ਲਗਾਇਆ ਗਿਆ ਕਿਸੇ ਮਤਲਬ ਐਡਵੋਕੇਟ ਦੁਆਰਾ ਜਨਹਿਤ ਯਾਚਿਕਾ ਜਿਹਨੂੰ ਬੋਲਦੇ ਨੇ। ਅੱਛਾ ਜੀ ਉਹਨੇ ਕਿਹਾ ਜੀ ਸਵਾਮੀਨਾਥਨ ਰਿਪੋਰਟ ਲਾਗੂ ਕਰੇ ਸਰਕਾਰ ਇਹ ਤੁਹਾਡਾ ਚੁਣਾਵੀ ਵਾਅਦਾ ਸੀ। ਅੱਛਾ ਜੀ ਇਹਨਾਂ ਨੇ ਉੱਥੇ ਐਫੀਡੈਵਿਟ ਦੇਤਾ ਮੋਦੀ ਸਰਕਾਰ ਨੇ ਅਸੀਂ ਐਵੇਂ ਦੀ ਕੋਈ ਡਿਮਾਂਡ ਪੂਰੀ ਨੀ ਕਰਨੀ ਨਾ ਅਸੀਂ ਇਹਨਾਂ ਨੂੰ ਰੇਟ ਦੇਣਾ। ਅੱਛਾ ਜੀ
उस तो बाद भी असि अंदोलन किया अलग अलग जथेबंदियां अलग अलग तरीके अंदोलन करते रहे पर एक ड्रॉबैक रहा साडी जथेबंदियां दी एकता नहीं बन पाई उन्होंने टाइम च क्योंकि मैं हरियाणा जगदीप जी इस करके कर रहा कि थोड़ा जा पिछोकड़ वाल भी जाइए कि असि मतलब इना समा लंघ गया भी स्वामीनाथन जिहड़ी आ ओह रिपोर्ट लागू ने हुई फिर मतलब 14 चो लैके 19 दे विच फिर दोबारा यह प्रधानमंत्री चुनिया जांदा ते हुण जाके 20 दे विच मतलब जदों उन्हां ने कोरोना दी आड़ दे विच लैके कानून लागू कीते ते तां जाके सानू जाग आई है तां सानू पूरा पता लगा। देखो जी गल की है अंदोलन असि हरियाणा च अंदोलन करते रहे साडी एक सब तो वड्डा ड्रॉबैक की है पंजाब दे विच 32 जथेबंदियां हरियाणा 34 34 जथेबंदियां उस तो बाद राजस्थान चले जाओ उथे ज्यादा नहीं ओ ज्यादा वड्डा एग्रीकल्चर स्टेट नहीं कुछ डिस्ट्रिक्ट एग्रीकल्चर है पर उथे फिर भी 15-20 जथेबंदियां एक ता मतलब साडे बखरेवे इन्ने सन ठीक है जी हुण उस टाइम अंदोलन जो भी कोई जथेबंदी करती सी वो अपना अपना अंदोलन करती सी उस उन अंदोलन दा सेंटर सरकार ते प्रभाव नहीं पिया ठीक है किसी पोकेट च अंदोलन हो गए कोई एवं दा सी प्लेटफॉर्म उन टाइम च नहीं विकसित कर पाए इंडिया लेवल ते जिथे असि सारे जथेबंदियां इकट्ठे होके अपनी गल चुक सकते हां ओ चीज पहली बार इतिहास च जेड़ा संयुक्त किसान मोर्चा बनया काफी जथेबंदियां सारियां आके मिल गई ठीक है असि एवं दा सानू कोई भी प्लेटफॉर्म पहलो नहीं बना पाए ये साडी कमी सी ठीक है चलो हुण भी पा ला के जी आप लास्ट ईयर जिदा 2020 दे विच जुलाई जां जून तो यह मोर्चा शुरू होके अज दिल्ली के बार्डर ते बैठा है इथे पहुंचने की करना पिया ते हुण जिहड़ा मोर्चे दी की दशा है। देखो जेड़ा असि एक फैसला किया गया हरियाणा पंजाब ने मिलके किया हरियाणा वालों साडे प्रधान जी हरियाणा च टोटली हरियाणा इन्हां दे मैसेज ते फॉलो चलदा है गुरनाम सिंह जी चढ़ूनी हरियाणा दे बाकी जथेबंदियां है ने पर छोटे लेवल ते कोई ब्लॉक लेवल ते काम कर रहा है ओह भी सारियां इन्हां नूं अपना नेता मानदियां ने हरियाणा च सानू किसे तरीके दा सानू एक प्रॉब्लम नहीं भई साडा लीडर एक आ उन्हां ने असि फैसला किया ਬਈ ਅਸੀਂ 26 ਨਵੰਬਰ ਨੂੰ ਅਸੀਂ ਦਿੱਲੀ ਪਹੁੰਚਣਾ ਦਿੱਲੀ ਕੋਚ ਠੀਕ ਹੈ ਦਿੱਲੀ ਪਹੁੰਚਣਾ ਆਪਣੀ ਆਵਾਜ਼ ਸੁਣਾਉਣ ਜਾਣਾ ਬਈ ਸਰਕਾਰ ਸਾਡੀ ਆਵਾਜ਼ ਨਹੀਂ ਸੁਣ ਰਹੀ ਕਿਉਂਕਿ ਪਿਛਲੇ 4 ਮਹੀਨਿਆਂ ਤੋਂ ਜੁਲਾਈ ਤੋਂ ਅੰਦੋਲਨ ਸਟਾਰਟ ਹੋ ਗਿਆ ਸੀ ਹਰਿਆਣੇ ਚ ਵੀ ਪੰਜਾਬ ਵਿਚ ਵੀ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਸੈਂਟਰ ਸਰਕਾਰ ਤੇ ਠੀਕ ਹੈ ਅਸੀਂ ਫੈਸਲਾ ਕੀਤਾ ਵੀ ਹੁਣ ਦਿੱਲੀ ਚੱਲੋ ਤੇ ਦਿੱਲੀ ਚੱਲ ਕੇ ਆਪਣੀ ਆਵਾਜ਼ ਸੁਣਾਈ ਜਾਏ ਸਰਕਾਰ ਹਾਂ ਹਾਂ ਰਾਮਲੀਲਾ ਗਰਾਊਂਡ ਚ 26 ਨਵੰਬਰ ਦੀ ਪਰਮਿਸ਼ਨ ਮੰਗੀ ਗਈ ਵੀ ਅਸੀਂ ਰੈਲੀ ਕਰਨੀ ਹੈ ਹਾਂਜੀ ਇਹਨਾਂ ਨੇ ਉਹ ਪਰਮਿਸ਼ਨ ਨਹੀਂ ਦਿੱਤੀ ਕਰੋਨਾ ਕਰਕੇ ਕਹਿਤਾ ਜੀ ਅਸੀਂ ਪਰਮਿਸ਼ਨ ਨਹੀਂ ਦਾਂਗੇ ਕਰੋਨਾ ਫੈਲਿਆ ਹੋਇਆ ਠੀਕ ਹੈ ਉਸ ਤੋਂ ਬਾਅਦ 12 ਨਵੰਬਰ ਨੂੰ ਹਰਿਆਣੇ ਦੀ ਸਾਡੀ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਗੁਰਨਾਮ ਸਿੰਘ ਚੜੂਨੀ ਦੀ ਨੇਤਰਤਾ ਵਿਚ ਠੀਕ ਹੈ 12 ਨਵੰਬਰ ਨੂੰ ਅਸੀਂ ਆਹ ਫੈਸਲਾ ਲਿਆ ਸਾਰਿਆਂ ਨੇ ਸਲਾਹ ਕਰਕੇ ਪ੍ਰਧਾਨ ਜੀ ਨੇ ਹੱਥ ਉੱਤੇ ਚੁੱਕਾ ਕਿਹਾ ਅਸੀਂ ਅੱਜ ਇੱਥੋਂ ਅਨਾਊਂਸ ਕਰਦੇ ਹਾਂ ਅਸੀਂ ਦਿੱਲੀ ਜਾਣਾ ਹੈ ਬੈਰੀਕੇਡ ਤੋੜ ਕੇ ਜਾਣਾ ਹੈ ਅਸੀਂ ਦਿੱਲੀ ਬੈਰੀਕੇਡ ਤੋੜ ਕੇ ਜਾਵਾਂਗੇ ਚਾਹੇ ਕਿੰਨੇ ਬੈਰੀਕੇਡ ਨਾਲ ਠੀਕ ਹੈ ਉਹਦੇ ਤੇ ਸਾਡਾ ਹਰਿਆਣੇ ਦਾ ਫੈਸਲਾ ਹੋ ਗਿਆ ਵੀ ਅਸੀਂ ਜਾਵਾਂਗੇ ਦਿੱਲੀ ਜ਼ਰੂਰ ਜੇ ਸਰਕਾਰ ਬੈਰੀਕੇਡ ਵੀ ਲਾਏਗੀ ਅਸੀਂ ਬੈਰੀਕੇਡ ਤੋੜਾਂਗੇ ਓਕੇ ਦੂਜੇ ਪਾਸੇ 18 ਨਵੰਬਰ ਨੂੰ ਇੱਕ ਪੰਜਾਬ ਦੀ ਚੰਡੀਗੜ੍ਹ ਕਿਸਾਨ ਭਵਨ ਮੀਟਿੰਗ ਸੀ ਉਹਦੇ ਚ ਗੁਰਨਾਮ ਸਿੰਘ ਚੜੂਨੀ ਨੇ ਪਹੁੰਚਣਾ ਸੀ ਜੀ ਹਰਿਆਣੇ ਵੱਲੋਂ ਠੀਕ ਹੈ ਉੱਥੇ ਚੜੂਨੀ ਸਾਹਿਬ ਨੇ ਪੰਜਾਬ ਦੇ ਲੀਡਰਾਂ ਨੂੰ ਕਿਹਾ ਤੁਸੀਂ ਵੀ ਸਾਡੇ ਵਾਲੇ ਬਿਆਨ ਦੇ ਦੋ ਅਸੀਂ ਬੈਰੀਕੇਡ ਤੋੜਾਂਗੇ ਠੀਕ ਹੈ ਦਿੱਲੀ ਪਹੁੰਚਾਂਗੇ ਹਾਂਜੀ ਪੰਜਾਬ ਦੇ ਲੀਡਰ ਉਸ ਸਮੇਂ ਇਸ ਗੱਲ ਤੇ ਸਹਿਮਤ ਨਹੀਂ ਹੋਏ ਉਹ ਬੋਲੇ ਨਹੀਂ ਸਾਨੂੰ ਜਿੱਥੇ ਹਰਿਆਣਾ ਦੀ ਪੁਲਿਸ ਹਰਿਆਣਾ ਬਾਰਡਰਾਂ ਤੇ ਰੁਕੇਗੀ ਅਸੀਂ ਉੱਥੇ ਰੁਕ ਕੇ ਅਸੀਂ ਉੱਥੇ ਧਰਨੇ ਲਾਵਾਂਗੇ ਅੱਛਾ ਜੀ ਇਹ ਕੋਡਿਡ ਗੱਲ ਹੈ ਮੀਟਿੰਗ ਚ ਉਹਨਾਂ ਪ੍ਰੈਸ ਕਾਨਫਰੰਸ ਤੇ ਕਿਹਾ ਵੀ ਅਸੀਂ ਬੈਰੀਕੇਡ ਨਹੀਂ ਤੋੜਾਂਗੇ ਅਸੀਂ ਹਰਿਆਣਾ ਪੁਲਿਸ ਹਰਿਆਣਾ ਚ ਕੋਈ ਬੀਜੇਪੀ ਸਰਕਾਰ ਹੈ ਹਾਂਜੀ ਉਹਨਾਂ ਦੇ ਹਰਿਆਣਾ ਦੀ ਯਾਦ ਹੈ ਮੈਨੂੰ ਵੀ ਯਾਦ ਹੈ ਕਿ ਉਹਨਾਂ ਦੇ ਬਿਆਨ ਪੜੇ ਸੀ ਵੀ ਜਿੱਥੇ ਸਰਕਾਰ ਰੋਕ ਦੇਊਗੀ ਅਸੀਂ ਉੱਥੇ ਧਰਨਾ ਲਾ ਕੇ ਬਹਿ ਜਾਾਂਗੇ ਉਹਦੇ ਧਰਨਾ ਲਾ ਕੇ ਬਹਿ ਜਾਾਂਗੇ ਹਰਿਆਣਾ ਦੇ ਬੋਰਡਰਾਂ ਦੇ ਹਾਂਜੀ ਉਸ ਤੋਂ ਬਾਅਦ ਕੀ ਹੁੰਦਾ ਅਸੀਂ ਆਪਣੀ ਪਲਾਨਿੰਗ ਚੇਂਜ ਕਰਤੀ ਵੀ ਅਸੀਂ 25 ਨਵੰਬਰ ਨੂੰ 26 ਨਵੰਬਰ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਦਿੱਲੀ ਕੁਛ ਵੀ ਨਿਕਲਾਂਗੇ ਠੀਕ ਹੈ ਸਾਡਾ ਇੱਕ ਅੰਬਾਲਾ ਜ਼ਿਲ੍ਹਾ ਪੈਂਦਾ ਜੀ ਬਿਲਕੁਲ ਪੰਜਾਬ ਦੇ ਟੱਚੇ ਚੰਡੀਗੜ੍ਹ ਦੇ ਟੱਚੇ ਚ ਹਾਂਜੀ ਅੰਬਾਲੇ ਜ਼ਿਲ੍ਹੇ ਤੋਂ ਅਸੀਂ ਉੱਥੇ ਇੱਕ ਆਪਣਾ ਸਾਡੇ ਇੱਕ ਮੰਡੀ ਹੈ ਉਸ ਮੰਡੀ ਦੇ ਅਸੀਂ ਲੋਕੇਸ਼ਨ ਦੇਤੀ
ਬਈ 25 ਨਵੰਬਰ ਨੂੰ ਅਸੀਂ ਦਿੱਲੀ ਲਈ ਨਿਕਲ ਪੈਣਾ ਠੀਕ ਹੈ ਸਾਡੀ ਕੱਲੀ ਯੂਨੀਅਨ ਐਵੇਂ ਦੀ ਸੀ ਜਿਹਦੇ ਕੋਲ ਬੈਰੀਕੇਡ ਤੋੜਨ ਦੀ ਜਿਹਨੇ ਪਹਿਲਾਂ ਟ੍ਰੇਨਿੰਗ ਵੀ ਲਈ ਜਿਹਨੇ ਇੱਕ ਟੀਮ ਵੀ ਤਿਆਰ ਕੀਤੀ ਵੀ ਉਹ ਟੀਮ ਅਲੱਗ ਸੀ ਜਿਹੜੀ ਬੈਰੀਕੇਡ ਤੋੜੇਗੀ ਅੱਛਾ ਜੀ ਉਹਦੇ ਲਈ 3 ਟਰੈਕਟਰ ਅਲੱਗ 10 ਨੌਜਵਾਨ ਮੁੰਡਿਆਂ ਦੀ ਟੀਮ ਉਹਨਾਂ ਨੂੰ ਜੋ ਜੋ ਟੂਲ ਚਾਹੀਦੇ ਸਨ ਕਿਵੇਂ ਬੈਰੀਕੇਡ ਤੋੜਦੇ ਨੇ ਉਹ ਸਭ ਕੁਛ ਇੰਤਜ਼ਾਮ ਕਰ ਲਿਆ ਗਿਆ ਠੀਕ ਹੈ ਪਰ ਹਰਿਆਣਾ ਸਰਕਾਰ ਨੇ ਅਗਲਾ ਕੰਮ ਚਾਲੂ ਕਰਤਾ 23 ਨਵੰਬਰ ਨੂੰ ਉਹਨਾਂ ਹਰਿਆਣੇ ਦੇ ਟੋਪ ਜਿਹੜੇ 50-50 ਲੀਡਰ ਸਨ ਉਹਨਾਂ ਨੂੰ ਰਾਤ ਨੂੰ ਰੇਡਾਂ ਮਾਰ ਕੇ ਚੁੱਕ ਲਿਆ ਅੱਛਾ ਜੀ ਜਿਹਦੇ ਚ ਮੇਰੀ ਵੀ ਗ੍ਰਿਫਤਾਰੀ 23 ਨਵੰਬਰ ਨੂੰ ਮੈਨੂੰ ਵੀ ਚੁੱਕ ਲਿਆ ਗਿਆ ਇੱਥੋਂ ਦੀ ਕ੍ਰਾਈਮ ਬ੍ਰਾਂਚ ਦੁਆਰਾ CI ਸਟਾਫ ਦੁਆਰਾ ਤੇ ਸਾਨੂੰ ਜਾ ਕੇ ਜੇਲਾਂ ਚ ਰੋਕਤਾ ਬਈ ਇਹ ਇਹਨਾਂ ਨੇ ਤਿਆਰੀ ਕੀਤੀ ਹੈ ਹਾਂਜੀ ਹਾਂਜੀ ਪਰ 25 ਨਵੰਬਰ ਨੂੰ ਕੀ ਹੋਇਆ ਫਿਰ ਵੀ ਪੁਲਿਸ ਦੀ ਬਹੁਤ ਸਖਤਾਈ ਤੋਂ ਬਾਅਦ ਵੀ ਸਾਡਾ 2-2.5 ਹਜ਼ਾਰ ਬੰਦਾ ਕੋਈ 100 ਟਰਾਲੀ ਕੁਛ ਗੱਡੀਆਂ ਤੇ ਸਾਡੇ ਬੰਦੇ ਉਸ ਮੰਡੀ ਚ ਇਕੱਠੇ ਹੋ ਗਏ ਸਾਡੀ ਉਹ ਟੀਮ ਵੀ ਪਹੁੰਚ ਗਈ ਜਿਹਨੇ ਬੈਰੀਕੇਡ ਤੋੜਨੇ ਸਨ ਅੱਛਾ ਜੀ ਤੇ ਗੁਰਨਾਮ ਸਿੰਘ ਚੜੂਨੀ ਜੀ ਦਾ ਗ੍ਰਿਫਤਾਰੀ ਨਹੀਂ ਹੋ ਪਾਈ ਉਹ ਬਚ ਗਏ ਜਿਹਦੇ ਕਰਕੇ ਸਾਡਾ ਉਹ ਮਤਲਬ ਸਾਰਾ ਕੁਛ ਠੀਕ ਰਿਹਾ ਵੀ ਉਹ ਉਹਨਾਂ ਦੀ ਗ੍ਰਿਫਤਾਰੀ ਤੋਂ ਬਚ ਗਏ ਉਹ ਅੰਡਰਗਰਾਊਂਡ ਰਹੇ 3 ਦਿਨ ਉਸ ਤੋਂ ਬਾਅਦ ਜਦੋਂ ਅਸੀਂ ਅੰਬਾਲੇ ਤੋਂ ਅਸੀਂ ਪਹਿਲਾ ਬੈਰੀਕੇਡ ਓਨਲੀ 10 ਮਿੰਟਾਂ ਚ ਬੈਰੀਕੇਡ ਸਾਰਾ ਤੋੜਤਾ ਸੀ ਸਾਡੀ ਟੀਮ ਨੇ ਅੱਛਾ ਜੀ ਉੱਥੇ ਇੱਕ ਸਾਡਾ ਮੁੰਡਾ ਨਵਦੀਪ ਏ ਅੰਬਾਲੇ ਤੋਂ ਉਹਨੇ ਵਾਟਰ ਕੈਨਨ ਜਿਹੜੀ ਮਸ਼ੀਨ ਸੀ ਉਹਦਾ ਮੂੰਹ ਮੋੜਤਾ ਸੀ ਉੱਤੇ ਚੜ ਕੇ ਪੁਲਿਸ ਵਾਲੀ ਸਾਈਡ ਕਰਤਾ ਸੀ ਹਾਂਜੀ ਹਾਂਜੀ ਉਹ ਵੀਡੀਓ ਬਹੁਤ ਵਾਇਰਲ ਹੋਇਆ ਜੀ ਉਹ ਵੀਡੀਓ ਵਾਇਰਲ ਵੀ ਹੋਈ ਹੈ ਹਾਂ ਉਹ ਮੇਰਾ ਸਾਡਾ ਭਤੀਜਾ ਹੀ ਹੈ ਸਾਡਾ ਯੂਨੀਅਨ ਦਾ ਸਾਥੀ ਹੈ ਜੈ ਸਿੰਘ ਉਹਦਾ ਲੜਕਾ ਹੈ ਅੰਬਾਲੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ ਅੱਛਾ ਜੀ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ ਜਿਹੜੀਆਂ ਉਹ ਵੀਡੀਓ ਸਨ ਨਾ ਜਦੋਂ ਨਵਦੀਪ ਨੇ ਪਾਣੀ ਮੋੜਿਆ ਜਦੋਂ ਹਰਿਆਣੇ ਵਾਲਿਆਂ ਅਸੀਂ ਬੈਰੀਕੇਡ ਤੋੜਨੇ ਸਟਾਰਟ ਕਰਤੇ ਉਹ ਵੀਡੀਓ ਵਾਇਰਲ ਹੋ ਗਈਆਂ ਸੋਸ਼ਲ ਮੀਡੀਆ ਤੇ ਪੰਜਾਬ ਵਿਚ ਪੂਰੇ ਇੰਡੀਆ ਚ ਠੀਕ ਹੈ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਯੂਥ ਸੀ ਉਹ ਪੰਜਾਬ ਦੇ ਲੀਡਰਾਂ ਤੋਂ ਬਾਗੀ ਹੋ ਗਿਆ ਬਈ ਅਸੀਂ ਜਦੋਂ ਹਰਿਆਣੇ ਨੇ ਬੈਰੀਕੇਡ ਤੋੜਤੇ ਹੁਣ ਅਸੀਂ ਬੈਰੀਕੇਡ ਨਹੀਂ ਤੋੜਨੇ ਨੇ ਅਸੀਂ ਇੱਥੇ ਬੋਰਡਰਾਂ ਤੇ ਨਹੀਂ ਜਾਣਾ ਠੀਕ ਹੈ ਇਹਨਾਂ ਫਿਰ 26 ਤਰੀਕ ਨੂੰ ਸਵੇਰੇ ਸ਼ੰਭੂ ਬਾਰਡਰ ਤੋੜਤਾ ਗਿਆ ਉਹਨਾਂ ਨੂੰ ਤੋੜ ਕੇ ਅਸੀਂ 26 ਨੂੰ ਪਹੁੰਚ ਗਏ ਕਰਨਾਲ ਅਗਲੇ 3 ਜ਼ਿਲ੍ਹੇ ਚ ਪਹੁੰਚ ਗਏ ਅਸੀਂ ਬੈਰੀਕੇਡ ਤੋੜਦੇ ਹੋਏ ਠੀਕ ਹੈ ਤਾਂ ਉਸ ਤੋਂ ਬਾਅਦ ਪੰਜਾਬ ਐਂਟਰ ਹੋ ਗਿਆ ਸ਼ੰਭੂ ਬਾਰਡਰ ਤੋਂ ਫਿਰ ਪਰਲੇ ਬਾਰਡਰ ਇੱਕ ਗੁੱਲੇ ਚੀਕੇ ਦਾ ਹੈ ਉਥੋਂ ਐਂਟਰ ਹੋ ਗਏ ਉਸ ਤੋਂ ਬਾਅਦ ਫਿਰ ਉਗਰਾਹ ਯੂਨੀਅਨ 27 ਤਰੀਕ ਨੂੰ ਬੈਰੀਕੇਡ ਤੋੜ ਕੇ ਉਹ ਐਂਟਰ ਹੋ ਗਏ ਕਹਿਣ ਦਾ ਮਤਲਬ ਅਸੀਂ ਕੁੱਲ ਮਿਲਾ ਕੇ 27 ਨਵੰਬਰ ਨੂੰ ਦਿੱਲੀ ਦਾ ਜਿੱਥੇ ਬਾਰਡਰ ਆ ਜਾਂਦਾ ਹਰਿਆਣਾ ਦਿੱਲੀ ਦਾ ਬਾਰਡਰ ਉਥੋਂ ਤੱਕ ਪਹੁੰਚ ਗਏ ਉੱਥੇ ਪੁਲਿਸ ਨੇ ਪੱਕੇ ਬੈਰੀਕੇਡ ਲਾ ਕੇ ਉੱਥੇ ਰੋਕਤਾ ਮਤਲਬ ਪਹਿਲ ਕਦਮੀਡ ਤੋੜਨ ਦੀ ਜਿਹੜੀ ਆ ਤੁਹਾਡੇ ਵੱਲੋਂ ਹੋਈ ਆ ਹਰਿਆਣੇ ਵੱਲੋਂ ਹੋਈ ਆ ਚਡੂਨੀ ਸਾਹਿਬ ਵੱਲੋਂ ਹੋਈ ਹੈ ਜੀ ਉਹਨਾਂ ਨੂੰ ਬੈਰੀਕੇਡ ਬ੍ਰੋਕਰ ਕਿਹਾ ਜਾਂਦਾ ਹੈ ਬੈਰੀਕੇਡ ਸਪੈਸ਼ਲਿਸਟ ਹੈ ਤੋੜਨੇ ਚ ਬੰਦਾ ਜੀ ਠੀਕ ਹੈ ਤਾਂ ਇਹ ਚੀਜ਼ ਮਤਲਬ ਇਹ ਚੀਜ਼ ਕਹਿਣ ਦੀ ਨਹੀਂ ਇਹ ਪੂਰੇ ਪੰਜਾਬ ਨੂੰ ਹਰ ਬੰਦਾ ਮੰਨਦਾ ਹੈ ਉਹਨਾਂ ਨੂੰ ਪਤਾ ਹੈ ਵੀ ਜਿਹਨੇ ਮਤਲਬ ਕਿਉਂਕਿ ਉਹਨਾਂ ਦਾ ਫੈਸਲਾ ਦੂਜਾ ਸੀ ਪਰ ਉਹਨਾਂ ਨੂੰ ਹਾਲਾਤ ਵੇਂਦੇ ਹੋਏ ਲੋਕਾਂ ਦਾ ਜੋਸ਼ ਵੇਂਦੇ ਹੋਏ ਯੂਥ ਦਾ ਗੱਲ ਸੁਣਦੇ ਹੋਏ ਉਹ ਫੈਸਲਾ ਬਦਲ ਲੱਗ ਗਿਆ ਠੀਕ ਹੈ ਤਾਂ ਬਾਕੀ ਗੱਲ ਕੀ ਹੈ ਜੀ ਹਰਿਆਣਾ ਨੇ ਬੀਜੇਪੀ ਦਾ ਰਾਜ ਪਿਛਲੇ 6-7 ਸਾਲ ਤੋਂ ਦੇਖ ਰਿਹਾ ਹੈ ਪੰਜਾਬ ਨੇ ਕਦੀ ਬੀਜੇਪੀ ਦਾ ਰਾਜ ਨਹੀਂ ਦੇਖਿਆ ਹਾਂਜੀ ਹਾਂਜੀ ਹਰਿਆਣੇ ਵਿੱਚ ਸਾਡੇ ਤੇ ਬਹੁਤ ਅਤਿਆਚਾਰ ਹੋਏ ਨੇ ਲਾਠੀਚਾਰਜ ਵੀ ਸਾਡੇ ਹੋਏ ਸਾਡੇ ਸਿਰ ਵੀ ਪਾੜੇ ਗਏ ਹੱਡੀਆਂ ਤੋੜੀਆਂ ਗਈਆਂ ਸਾਡੇ ਦੇ ਹੁਣ ਮੇਰੇ ਤੇ ਵੀ ਘੱਟੋ ਘੱਟ 10-12 ਧਾਰਾ ਚ ਮੁਕੱਦਮੇ ਦਰਜ ਨੇ ਜਿਹੜਾ ਮੁੱਖਿਆ ਮੰਤਰੀ ਸੀ ਹਰਿਆਣੇ ਦਾ ਹੈਲੀਕਾਪਟਰ ਨੀ ਉਤਰਨ ਦਿੱਤਾ ਸੀ ਉੱਤੋਂ ਦੀ ਉੱਤੋਂ ਭਜਾਤਾ ਸੀ ਉਹ ਮੇਰਾ ਏਰੀਆ ਮੈਂ ਕਰਨਾਲ ਜ਼ਿਲ੍ਹੇ ਦਾ ਇੰਚਾਰਜ ਹਾਂ ਠੀਕ ਹੈ ਤਾਂ ਕਰਨਾਲ ਜ਼ਿਲ੍ਹੇ ਦਾ ਮੇਰਾ ਹੀ ਹਲਕਾ ਹੈ ਜਿੱਥੋਂ ਮੇਰੇ ਪਿੰਡ ਤੋਂ 3 ਕਿਲੋਮੀਟਰ ਪਿੰਡ ਸੀ 4 ਕਿਲੋਮੀਟਰ ਜਿੱਥੇ ਅਸੀਂ ਉਹਦਾ ਹੈਲੀਕਾਪਟਰ ਨੀ ਉਤਰਨ ਦਿੱਤਾ ਤਾਂ ਉਹਦੇ ਵਿੱਚ ਮੇਰੇ ਨਾਲ ਮੇਰੇ ਤੇ ਮੇਰੇ 900 ਬੰਦਿਆਂ ਦੇ ਪੱਚਾ ਦਰਜੇ ਜੀ ਅਲੱਗ ਅਲੱਗ ਧਾਰਾ ਦੇ ਠੀਕ ਹੈ ਤਾਂ ਹਰਿਆਣੇ ਨੇ ਅੰਦੋਲਨ ਅਲੱਗ ਤਰੀਕੇ ਦਾ ਸੀ ਪੰਜਾਬ ਵਿਚ ਕੀ ਸੀ ਜਿਹੜੀ ਮੌਜੂਦਾ ਗੌਰਮੈਂਟ ਤੇ ਵਿਪਕਸ਼ ਸਾਰੇ ਨਾਲ ਸਨ ਅੰਦੋਲਨ ਦੇ ਠੀਕ ਹੈ ਹਰਿਆਣੇ ਵਿਚ ਸਰਕਾਰ ਨੇ ਜੋ ਕਰ ਸਕਦੀ ਸੀ ਸਰਕਾਰ ਸਿਰਫ ਇੱਕ ਲਾਸਟ ਆ ਸੀ ਵੀ ਉਹਨਾਂ ਗੋਲੀ ਨੀ ਚਲਾਈ ਬਾਕੀ ਉਹਨਾਂ ਪੂਰਾ ਜ਼ੋਰ ਲਗਾਇਆ ਚਾਹ ਪਾਣੀ ਦੀਆਂ ਵਿਚਾਰਾਂ ਚਾਹ ਲਾਠੀ ਚਾਰਜ ਚਾਹ ਪਰਚੇ ਦਰਜ ਚਾਹ ਸਾਨੂੰ ਜੇਲਾਂ ਚ ਰੋਕਤਾ ਕੰਮ ਜੋ ਕਰ ਸਕਦੀ ਸਰਕਾਰ ਕੀਤਾ ਵੱਡੇ ਵੱਡੇ ਟੋਏ ਵੀ ਪੱਟਦੇ ਸੜਕਾਂ ਦੇ ਆਲੇ ਦੁਆਲੇ ਹਾਈਵੇ ਹਾਂ ਵੱਡੇ ਵੱਡੇ ਟੋਏ ਪੱਟਦੇ ਸੀ ਸਾਰਾ ਕੁਛ ਮਤਲਬ ਕਹਿਣ ਦਾ ਮਤਲਬ ਜੋ ਸਰਕਾਰ ਅਤਿਆਚਾਰ ਕਰ ਸਕਦੀ ਸੀ ਉਹ ਕੀਤਾ ਸਾਡੇ ਹਰਿਆਣੇ ਤੋਂ ਨਾ ਠੀਕ ਤਾਂ ਬਾਕੀ ਆਏ ਹਰਿਆਣਾ ਫਿਰ ਵੀ ਅਸੀਂ ਇਹ ਹੁਣ ਸਾਡੇ ਪ੍ਰਧਾਨ ਜੀ ਤੇ ਗੁਰਨਾਮ ਸਿੰਘ ਚਡੂਨੀ ਤੇ 35 ਪਰਚੇ ਅਲੱਗ ਅਲੱਗ ਦਰਜ ਨੇ ਜੀ ਅੱਛਾ ਜੀ
ਜੇ ਉਹਨਾਂ ਨੂੰ ਸਜ਼ਾ ਭੁਗਤਣੀ ਪੈ ਜਾਏ ਉਹਨਾਂ ਪਰਚਾ ਜੇ ਉਹਨਾਂ ਦੀਆਂ 3 ਪੀੜ੍ਹੀਆਂ ਦੁਬਾਰਾ ਜਨਮ ਲਏਗਾ ਤਾਂ ਸਜ਼ਾ ਪੂਰੀ ਹੋਏਗੀ, ਇੰਨੇ ਪਰਚੇ ਨੇ ਜੀ। ਹਾਂ, ਮਤਲਬ ਕਹਿਣ ਦਾ ਭਾਵ ਜਿਹੜੀ ਇਹ ਜਦੋਜਹਿਦ ਸ਼ੁਰੂ ਕੀਤੀ, ਹੁਣ ਆਪਾਂ ਉੱਥੇ ਚਲ ਜਾਂਦੇ ਕਿ ਸਿੰਘੂ ਬਾਰਡਰ ਤੇ ਜਾਂ ਜਿਹੜਾ ਟਿਕਰੀ ਬਾਰਡਰ ਤਾਂ ਉਧਰੋਂ ਬਾਕੀ ਜਿਹੜੇ ਆਲੇ ਦੁਆਲੇ ਦਿੱਲੀ ਦੇ ਉੱਥੇ, ਮਤਲਬ ਉੱਥੇ ਕਿਉਂ ਠਹਿਰਨਾ ਪੈ ਗਿਆ ਜਦੋਂ ਕਿ ਰਾਮਲੀਲਾ ਗਰਾਊਂਡ ਦੇ ਵਿੱਚ ਆਗਿਆ ਲਈ ਹੋਈ ਸੀ? ਦੇਖੋ ਜੀ, ਰਾਮਲੀਲਾ ਗਰਾਊਂਡ ਦੀ ਇਹਨਾਂ ਪਰਮਿਸ਼ਨ ਨਹੀਂ ਦਿੱਤੀ, ਕਰੋਨਾ ਦਾ ਇਹਨਾਂ ਇੱਕ ਬਹਾਨਾ ਲਗਾਤਾ। ਅੱਛਾ ਜੀ। ਫਿਰ ਜਦੋਂ ਅਸੀਂ ਪਹੁੰਚ ਗਏ ਦਿੱਲੀ ਬਾਰਡਰ ਤੇ, ਸਰਕਾਰ ਨੇ ਇੱਕ ਹੋਰ ਚਾਲ ਚੱਲੀ ਵੀ ਤੁਸੀਂ ਇੱਕ ਬਹੁਤ ਵੱਡਾ ਗਰਾਊਂਡ ਹੈ ਦਿੱਲੀ ਚ, ਬਰਾੜੀ ਗਰਾਊਂਡ। ਹਾਂਜੀ, ਨਿਰੰਕਾਰੀ ਪੁਆਇੰਟ, ਤੁਸੀਂ ਬਰਾੜੀ ਗਰਾਊਂਡ ਚ ਆ ਜਾਓ, ਤੁਸੀਂ ਉੱਥੇ ਬਹਿ ਕੇ ਪ੍ਰੋਟੈਸਟ ਕਰੋ, ਤੁਸੀਂ ਉੱਥੇ ਬੈਠੋ। ਅੱਛਾ ਜੀ। ਉਸ ਤੇ ਫਿਰ ਲੀਡਰਾਂ ਨੇ ਫੈਸਲਾ ਕਿਹਾ ਵੀ ਅਸੀਂ ਤੁਹਾਡੇ ਤੋਂ ਪਰਮਿਸ਼ਨ ਮੰਗੀ ਸੀ, ਤੁਸੀਂ ਪਰਮਿਸ਼ਨ ਨਹੀਂ ਦਿੱਤੀ, ਅਸੀਂ ਹੁਣ ਤੁਹਾਡੀ ਪਰਮਿਸ਼ਨ ਤੇ ਉੱਥੇ ਨਹੀਂ ਆਵਾਂਗੇ, ਹੁਣ ਤਾਂ ਅਸੀਂ ਇੱਥੇ ਜਿੱਥੇ ਮੋਰਚਾ ਲੱਗੇਗਾ ਅਸੀਂ ਓਨ ਰੋਡ ਹੀ ਰਹਾਂਗੇ, ਤੁਸੀਂ ਅਸੀਂ ਤੁਸੀਂ ਸਾਨੂੰ ਲੋਕਤਾਂਤਰਿਕ ਤਰੀਕੇ ਨਾਲ ਨਹੀਂ ਆਉਣ ਦਿੱਤਾ ਇੱਥੋਂ ਤੱਕ, ਅਸੀਂ ਧੱਕੇ ਨਾਲ ਆਏ ਹਾਂ, ਤੁਹਾਡੇ ਬੈਰੀਕੇਡ ਤੋੜ ਕੇ ਤੁਹਾਡੀਆਂ ਵਿਚਾਰਾਂ ਦੇ ਵਿੱਚੋਂ ਨਿਕਲ ਕੇ ਹੁਣ ਅਸੀਂ ਸੜਕ ਤੇ ਆਵਾਂਗੇ, ਅਸੀਂ ਹੁਣ ਕਿਸੇ ਗਰਾਊਂਡ ਚ ਨਹੀਂ ਜਾਵਾਂਗੇ, ਕਿਉਂਕਿ ਇਹਨਾਂ ਨੂੰ ਅਸੀਂ ਜੇ ਗਰਾਊਂਡ ਚਲੇ ਜਾਂਦੇ ਤਾਂ ਸਾਡਾ ਵਜਨ ਨੀ ਪੈਣਾ ਸੀ, ਇਹ ਸਰਕਾਰੀ ਬਜ਼ਾਲਮ ਸਰਕਾਰ ਏ, ਇਹਨੇ ਕਹਿਣਾ ਸੀ ਠੀਕ ਏ, ਖਾ ਪੀ ਕੇ ਲੰਗਰ ਚੱਕ ਕੇ 2 ਮਹੀਨੇ ਚਲੇ ਜਾਣਗੇ, ਇੱਕ ਸਾਈਡ ਤੇ ਬੈਠੇ ਨੇ, ਸਾਡਾ ਕੀ ਵਿਗਾੜ ਰਹੇ ਨੇ। 26 ਤਰੀਕ ਤੋਂ ਪਹਿਲਾਂ ਜਿਹੜੀਆਂ ਮਤਲਬ ਤਕਰੀਬਨ 11 ਬੈਠਕਾਂ ਹੋਈਆਂ, ਮਤਲਬ ਤੁਹਾਡਾ ਪ੍ਰੈਸ਼ਰ ਸਰਕਾਰ ਤੇ, ਬਾਹਰ ਬੈਠੇ ਲੋਕਾਂ ਨੂੰ ਵੀ ਏਦਾਂ ਲੱਗਦਾ ਸੀ ਵੀ ਕਿਸਾਨਾਂ ਜਥੇਬੰਦੀਆਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਆ, 11 ਮੀਟਿੰਗਾਂ ਹੋਣ ਤੋਂ ਬਾਅਦ ਜਿਹੜੀ ਆ 26 ਤਰੀਕ ਵਾਲੀ ਘਟਨਾ ਵਾਪਰ ਜਾਂਦੀ ਆ, ਮਤਲਬ ਉਸ ਤੋਂ ਬਾਅਦ ਮੋਰਚੇ ਦਾ ਤੇ ਜਾਂ ਮਤਲਬ ਦੁਨੀਆਂ ਦੇ ਵਿੱਚ ਕਿਸਾਨ ਮੋਰਚੇ ਦੀ ਥੋੜੀ ਜਿਹੀ ਜਿਹੜਾ ਪ੍ਰਭਾਵ ਸੀਗਾ ਉਹ ਘਟਨਾ ਸ਼ੁਰੂ ਹੋ ਗਿਆ, ਇਹ ਸੱਚ ਆ ਜਾਂ ਇਹਦੇ ਵਿੱਚ ਬਾਹਰ ਬੈਠਿਆਂ ਨੂੰ ਲੋਕਾਂ ਨੂੰ ਲੱਗਦਾ? ਦੇਖੋ ਜੀ, ਗੱਲ ਇੱਕ ਮੈਂ ਤੁਹਾਨੂੰ ਕਹਿਣਾ ਚਾਹਾਂਗਾ, 26 ਜਨਵਰੀ ਤੋਂ ਪਹਿਲਾਂ 2 ਮਹੀਨੇ ਸਾਡਾ ਅੰਦੋਲਨ ਦਾ ਅਸੀਂ ਕਹਿ ਸਕਦੇ ਹਾਂ ਵੀ ਸਿੰਧੂ ਬਾਰਡਰ ਟਿਕਰੀ ਬਾਰਡਰ ਤੇ ਜੋਸ਼ ਜ਼ਿਆਦਾ ਸੀ, ਠੀਕ ਹੈ। ਦੂਜੇ ਪਾਸੇ ਲੋਕਾਂ ਨੂੰ ਲੱਗਦਾ ਸੀ ਵੀ ਉਸ ਟਾਈਮ ਪਬਲਿਕ ਬਹੁਤ ਜ਼ਿਆਦਾ ਸੀ, ਪਰ ਉਸ ਟਾਈਮ ਸਰਕਾਰ ਨੂੰ ਸਾਡੀ ਕੋਈ ਚਿੰਤਾ ਨਹੀਂ ਸੀ, ਉਹ ਸਾਡੇ ਤੋਂ ਡਰ ਨਹੀਂ ਰਹੀ ਸੀ, ਉਹਦਾ ਸਭ ਤੋਂ ਵੱਡਾ ਕਾਰਨ ਸੀ ਉਹਨਾਂ ਟਾਈਮਾਂ ਚ ਸਿਰਫ 2 ਸਟੇਟ ਹਰਿਆਣਾ ਤੇ ਪੰਜਾਬ ਦੇ ਲੋਕ ਬੈਠੇ ਸਨ। ਅੱਛਾ ਜੀ। ਕੁਝ ਉਤਰਾਖੰਡ ਤੋਂ ਥੋੜੇ ਏਰੀਆ ਜਿੱਥੇ ਆਪਣਾ ਤਰਾਈ ਦਾ ਏਰੀਆ, ਰੁਦਰਪੁਰ ਵਗੈਰਾ, ਠੀਕ ਹੈ। ਤਾਂ ਅੰਦੋਲਨ ਮੇਨਲੀ ਹਰਿਆਣਾ ਪੰਜਾਬ ਦਾ ਹੀ ਸੀ, ਠੀਕ ਹੈ। ਸਰਕਾਰ ਨੂੰ ਇਹ ਲੱਗਦਾ ਸੀ ਵੀ ਇਹ ਦੋਵੇਂ ਸਟੇਟ ਛੋਟੇ ਸਟੇਟ ਨੇ, ਇੱਥੋਂ ਸਿਰਫ 23 MP ਬਣਦੇ ਨੇ ਇੰਡੀਆ ਦੀ ਲੋਕ ਸਭਾ ਚ, ਠੀਕ ਹੈ ਜੀ। ਤਾਂ ਇੱਥੋਂ ਅਸੀਂ ਜੇ ਇਹਨਾਂ ਸਟੇਟਾਂ ਚ ਸਾਨੂੰ ਕੋਈ ਨੁਕਸਾਨ ਵੀ ਹੋ ਜਾਏਗਾ ਉਹਦੇ ਲਈ ਸਰਕਾਰ ਤਿਆਰ ਸੀ, ਠੀਕ ਹੈ। ਪਰ 26 ਜਨਵਰੀ ਤੋਂ ਬਾਅਦ ਜਿਹੜਾ ਵੀ ਘਟਨਾਕ੍ਰਮ ਹੋਇਆ, ਜਿਵੇਂ ਟਕੈਤ ਸਾਹਿਬ 28 ਤਰੀਕ ਨੂੰ ਜੋ ਰਾਤ ਨੂੰ ਉਹਨਾਂ ਨਾਲ ਹੋਇਆ ਹਾਦਸਾ, ਉਸ ਤੋਂ ਬਾਅਦ ਰਾਤੋ ਰਾਤ ਪੂਰਾ ਹਰਿਆਣਾ ਪਹੁੰਚ ਗਿਆ, ਰਾਤ ਨੂੰ ਅੱਧਾ UP ਪਹੁੰਚ ਗਿਆ, ਹੁਣ ਅੰਦੋਲਨ ਦਾ ਸਵਰੂਪ ਹੈ, ਅੰਦੋਲਨ ਪੂਰੇ ਦੇਸ਼ ਚ ਫੈਲ ਗਿਆ ਹਰਿਆਣੇ ਪੰਜਾਬ ਤੋਂ ਲੈ ਕੇ। ਅੱਛਾ ਜੀ। ਵੱਡੀਆਂ ਵੱਡੀਆਂ ਪੰਚਾਇਤਾਂ ਮੱਧ ਪ੍ਰਦੇਸ਼ ਚ ਹੋਣ ਲੱਗ ਪਈਆਂ, ਜਿੱਥੇ 20-30 ਹਜ਼ਾਰ ਬੰਦਾ ਇਕੱਠਾ ਹੁੰਦਾ, ਵੱਡੀਆਂ ਵੱਡੀਆਂ ਪੰਚਾਇਤਾਂ ਰਾਜਸਥਾਨ ਚ ਹੋਣ ਲੱਗ ਪਈਆਂ, ਉੱਤਰ ਪ੍ਰਦੇਸ਼ ਚ ਹੋਣ ਲੱਗ ਪਈਆਂ, ਇੱਥੋਂ ਤੱਕ ਕਿ ਬੰਗਾਲ ਚ ਵੀ ਹੋਣ ਲੱਗ ਪਈਆਂ, ਹਾਂਜੀ, ਬਿਹਾਰ ਦੀਆਂ ਵੀ ਪੰਚਾਇਤਾਂ ਨੇ ਜੀ 23 ਮਾਰਚ ਨੂੰ। ਅੱਛਾ ਜੀ, ਠੀਕ ਹੈ। ਹੁਣ ਉਹ ਕਰਨਾਟਕ ਚ ਵੀ, ਮਹਾਰਾਸ਼ਟਰ ਚ ਪੰਚਾਇਤ ਸੀ, ਉੱਥੇ ਇੰਨਾ ਲੋਕਡਾਊਨ ਲਾ ਦਿੱਤਾ ਕਰੋਨਾ ਦਾ ਕਹਿ ਗਏ, ਠੀਕ ਹੈ ਜੀ। ਹੁਣ ਹੋਇਆ ਕਿ ਹੁਣ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਗਿਆ, ਪੂਰੇ ਦੇਸ਼ ਦਾ ਕਿਸਾਨ ਨੂੰ ਅਸੀਂ ਆਹ ਗੱਲ ਸਮਝਾਉਣ ਚ ਕਾਮਯਾਬ ਹੋ ਗਏ ਵੀ ਇਹ ਲੜਾਈ ਸਿਰਫ ਹਰਿਆਣੇ ਪੰਜਾਬ ਦੀ ਨਹੀਂ, ਇਹ ਲੜਾਈ ਪੂਰੇ ਦੇਸ਼ ਦੀ ਏ, 130 ਕਰੋੜ ਲੋਕਾਂ ਦੀ ਏ, ਦੇਸ਼ ਨੂੰ ਬਚਾਉਣ ਦੀ ਲੜਾਈ ਏ। ਜੇ ਨਹੀਂ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ, ਜਿਹੜਾ ਤੁਹਾਨੂੰ ਅੱਜ ਕਣਕ ਦਾ ਆਟਾ 20 ਰੁਪਏ ਕਿਲੋ ਮਿਲਦਾ ਹੈ, ਜੇ ਆਹ ਕਾਰਪੋਰੇਟ ਦੇ ਹੱਥ ਚਲਾ ਗਿਆ, ਇਹ ਕੱਲ ਨੂੰ ਹੋ ਸਕਦਾ 100 ਰੁਪਏ ਕਿਲੋ ਮਿਲੇ ਤੁਹਾਨੂੰ। ਤੇ ਕੋਈ ਜਿੱਦਾਂ 26 ਤਰੀਕ ਤੋਂ ਬਾਅਦ ਜਿਹੜੀ ਨੌਜਵਾਨੀ ਆ, ਖਾਸ ਤੌਰ ਤੇ ਮੈਂ ਪੰਜਾਬ ਦੀ ਜੇ ਗੱਲ ਕਰਾਂ ਜਾਂ ਸੋਸ਼ਲ ਮੀਡੀਆ ਦੇ ਵਿੱਚ ਜਿੱਦਾਂ ਅਸੀਂ ਬਾਹਰ ਬੈਠੇ ਦੇਖਦੇ ਹਾਂ, ਲੱਖਾ ਸਿਧਾਵਾਂ ਦੀਪ ਸਿੱਧੂ ਦੀ ਗੱਲ ਕਰ ਲਈਏ ਜਾਂ ਹੋਰ ਤੁਹਾਡੇ ਵੀ ਜਿੱਦਾਂ ਤੁਸੀਂ ਵੀ ਨੌਜਵਾਨੀ ਆ, ਮਤਲਬ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਮੋਰਚੇ ਨਾਲੋਂ ਨੌਜਵਾਨ ਟੁੱਟ ਗਏ ਹਨ, ਮੋਰਚੇ ਦੇ ਨਾਲ ਨੌਜਵਾਨ ਨਹੀਂ ਗਏ, ਇਹਦੇ ਚ ਕੀ ਸੱਚਾਈ ਹੈ? ਦੇਖੋ ਜੀ, ਮੈਂ ਮਤਲਬ ਹੁਣ ਇੱਕ ਅੰਦੋਲਨ ਦੇ ਸ਼ਾਮਲ ਆ, ਅਸੀਂ ਜ਼ਿਆਦਾ ਕ੍ਰਿਟੀਸਾਈਜ਼ ਨਹੀਂ ਕਿਸੇ ਨੂੰ ਕਰ ਸਕਦੇ, ਪਰ ਇੰਨਾ ਜ਼ਰੂਰ ਆ ਵੀ ਜਿਹੜਾ ਪੰਜਾਬ ਆਪਣੀ ਮਰਜ਼ੀ ਨਾਲ ਉੱਠ ਕੇ ਗਿਆ ਇਸ ਅੰਦੋਲਨ ਚ, ਨਾ ਕਿ ਜਥੇਬੰਦੀਆਂ ਨਾਲ, ਠੀਕ ਹੈ। ਮਤਲਬ ਜੋ ਪੰਜਾਬ ਦਾ ਲੋਕ, ਨੌਜਵਾਨ, ਯੂਥ, ਆਮ ਲੋਕ, ਬਜ਼ੁਰਗ ਜਿਹੜੇ ਗਏ ਅੰਦੋਲਨ ਚ, ਉਹਦੇ ਵਿੱਚ ਜਥੇਬੰਦੀਆਂ ਦਾ ਰੋਲ ਮੇਰੇ ਹਿਸਾਬ ਤੇ
20-25% ਸੀ, ਬਾਕੀ 75% ਹਿੱਸਾ ਲੋਕ ਆਪਣੀ ਮਰਜ਼ੀ ਨਾਲ ਆਪਣੇ ਦਿਲੋਂ ਆਪਣੇ ਦਿਲ ਦੀ ਆਵਾਜ਼ ਸੁਣ ਕੇ ਦਿੱਲੀ ਪਹੁੰਚੇ। ਠੀਕ ਹੈ, ਪਰ ਜਥੇਬੰਦੀਆਂ ਉਹਦੇ ਵਿੱਚ ਉਹਨਾਂ ਨੂੰ ਜਗਾਉਣ ਦੇ ਵਿੱਚ, ਜਿਹੜਾ ਉੱਥੇ ਪੰਜਾਬ ਵਿੱਚ 2 ਮਹੀਨੇ ਅੰਦੋਲਨ ਚੱਲਿਆ ਉਹਦੇ ਵਿੱਚ ਲੱਖੇ ਸਦਾਣੇ ਦਾ, ਇਹਨਾਂ ਲੱਖੇ ਸਦਾਣੇ ਦਾ ਮੈਂ ਰੋਲ ਸਭ ਤੋਂ ਜ਼ਿਆਦਾ ਮੰਨਦਾ, ਉਹ ਬਹੁਤ ਏਰੀਏ ਚ ਗਿਆ, ਨਏ ਨਏ ਏਰੀਏ ਚ ਗਿਆ, ਲੋਕਾਂ ਨੂੰ ਜਗਾਇਆ। ਠੀਕ ਹੈ, ਉਸ ਤੋਂ ਬਾਅਦ ਹੋਇਆ ਕਿ ਜਦੋਂ ਇਹ ਮੋਰਚਾ ਪਹੁੰਚ ਗਿਆ ਦਿੱਲੀ, ਸੱਚਾਈ ਆ ਜੀ ਪੰਜਾਬ ਦੇ ਸਾਡੇ ਲੀਡਰ ਇਹ 27 ਤਰੀਕ ਨੂੰ ਪਹੁੰਚ ਗਏ, ਸਾਡੇ 30 ਨਵੰਬਰ ਤੱਕ ਲੀਡਰ ਕੰਪਲੀਟ ਹੋਏ, ਕੰਪਲੀਟ ਪਹੁੰਚੇ ਉੱਥੇ। ਹਾਂਜੀ, ਪੂਰੇ ਲੀਡਰ ਹੋਏ, 2-3 ਦਿਨ ਬਾਅਦ ਉੱਥੇ ਪਹੁੰਚ ਗਏ। ਠੀਕ ਹੈ, ਸਾਡੇ ਨੌਜਵਾਨਾਂ ਨੇ, ਪੰਜਾਬ ਦੀ ਜਨਤਾ ਨੇ, ਸਾਰਿਆਂ ਨੇ ਮਿਲ ਜੁਲ ਕੇ ਜਿਹੜੇ 32 ਲੀਡਰ ਸਨ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਪੱਗ ਧਰਤੀ ਜੀ, ਅਸੀਂ ਲੋ ਜੀ ਇੱਥੇ ਤੱਕ ਲੈਣ ਦਾ, ਹੁਣ ਤੁਸੀਂ ਸਾਡੇ ਵੱਲੋਂ ਸਾਡੀ ਪੈਰਵਾਈ ਕਰੋ। ਠੀਕ ਹੈ, ਸੰਭੋ। ਹਾਂਜੀ, ਪਰ ਉਹਦੇ ਵਿੱਚ ਉਹਨਾਂ ਦੀ ਮਿਹਨਤ ਨਹੀਂ ਸੀ ਇੰਨੀ ਜਿੰਨੀ ਉਹਨਾਂ ਨੂੰ ਵੱਡਾ ਮਤਲਬ ਮਾਣ ਸਤਿਕਾਰ ਦਿੱਤਾ ਗਿਆ। ਮਤਲਬ ਉਹ ਤਾਂ ਉੱਥੇ ਰੁਕਣਾ ਚਾਹੁੰਦੇ ਸੀ ਜਿੱਥੇ ਪੁਲਿਸ ਰੋਕ ਲਵੇ ਉੱਥੇ ਬਹਿ ਜਾਣਾ ਚਾਹੁੰਦੇ, ਦਿੱਲੀ ਬਹਿ ਜਾਣਾ ਚਾਹੁੰਦੇ ਸਨ। ਪੰਜਾਬ ਦਾ ਯੂਥ ਉਹਨਾਂ ਨੂੰ ਹਰਿਆਣੇ ਦੇ ਉਸ ਉਹਨਾਂ ਦਾ ਪ੍ਰਚਾਰ ਹੋਣ ਕਰਕੇ ਜਿਵੇਂ ਹਰਿਆਣਾ ਬੈਰੀਕੇਡ ਤੋੜਨ ਲੱਗ ਗਿਆ ਤੇ ਉਹ ਪੰਜਾਬ ਦਾ ਯੂਥ ਵੀ ਉਸ ਲਾਈਨ ਤੇ ਚੱਲ ਪਿਆ। ਠੀਕ ਹੈ, ਠੀਕ ਹੈ ਜੀ। ਹੁਣ ਉਹਦੇ ਵਿੱਚ ਕੀ ਹੁੰਦਾ, ਮੇਰਾ ਜੋ ਨਿੱਜੀ ਮੈਂ ਆਪਣੇ ਨਿੱਜੀ ਆਪਕ ਸਰਖਾ ਦਾ ਮੇਰੇ ਹਿਸਾਬ ਤੇ ਜੋ ਲੱਖੇ ਸਦਾਣੇ ਦਾ ਮਾਣ ਸਮਾਨ ਬਣਦਾ ਸੀ ਉਹ ਪੰਜਾਬ ਦੀ ਜਥੇਬੰਦੀਆਂ ਦੁਆਰਾ ਨਹੀਂ ਦਿੱਤਾ ਗਿਆ। ਅੱਛਾ ਜੀ, ਹੋਰ ਵੀ ਲੋਕ ਸਨ ਲੱਖੇ ਸਦਾਣੇ ਤੋਂ ਇਲਾਵਾ ਜਿਨ੍ਹਾਂ ਦਾ ਸਾਡੇ ਪੰਜਾਬੀ ਸਿੰਗਰਾਂ ਦਾ ਬੜਾ ਤਕੜਾ ਰੋਲ ਸੀ। ਠੀਕ ਹੈ, ਸਾਡੇ ਯੂਥ ਨੂੰ ਜਗਾਉਣ ਚ ਉਹਨਾਂ ਨਵੇਂ ਨਵੇਂ ਗਾਣੇ ਬਣਾਏ, ਜੋਸ਼ ਭਰਿਆ, ਉਹ ਗਾਣੇ ਅੱਜ ਵੀ ਜੋਸ਼ ਭਰਦੇ ਪਏ ਨੇ ਯੂਥ ਚ। ਠੀਕ ਹੈ, ਤੇ ਜਿਹੜਾ ਬਣਦਾ ਮਾਣ ਸਨਮਾਨ ਸੀ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਮਿਲਿਆ ਉਹਨਾਂ ਦਾ, ਉਹਨਾਂ ਨੂੰ ਸਾਨੂੰ ਚਾਹੀਦਾ ਸੀ ਅਸੀਂ ਉਹਨਾਂ ਨੂੰ ਵੀ ਵਿੱਚ ਆਪਣੇ ਹਿੱਸੇਦਾਰ ਬਣਾਉਂਦੇ। ਠੀਕ ਹੈ, ਆਪਣੇ ਸ਼ੁਭ ਕਿਸਾਨ ਮੋਰਚੇ ਦੇ ਜਿਨ੍ਹਾਂ ਨੂੰ ਉਹਨਾਂ ਨੂੰ ਅਸੀਂ ਬਣਦਾ ਮਾਣ ਸਨਮਾਨ ਸਾਨੂੰ ਦੇਣਾ ਚਾਹੀਦਾ ਜੀ। ਠੀਕ ਹੈ, ਫਿਰ ਜਿੱਦਾਂ ਹੁਣ ਹੁੰਦਾ ਲੱਖੇ ਸਦਾਣੇ ਦੀ ਆਪਣੇ ਜਗਦੀਪ ਜੀ ਗੱਲ ਕੀਤੀ ਆ, ਉਹਦੇ ਚ ਜਿੱਦਾਂ ਦੀਪ ਸਿੱਧੂ ਦਾ ਜਿੱਦਾਂ ਮਤਲਬ ਰੋਲ ਵੀ, ਉਹ ਕਹਿੰਦੇ ਪਹਿਲੇ ਦਿਨ ਤੋਂ ਹੀ ਜਿੱਦਾਂ ਕਿਸਾਨ ਜਥੇਬੰਦੀਆਂ ਇਹ ਦੋਸ਼ ਲਾਉਣੀਆਂ ਕਿ ਉਹ ਪਹਿਲੇ ਦਿਨ ਤੋਂ ਵੱਖਰੀ ਧਾਰਨਾ ਲੈ ਕੇ ਚੱਲਦੇ ਰਹੇ ਤਾਂ ਕਰਕੇ ਉਹਨਾਂ ਦੀ ਇਹਨਾਂ ਨੇ ਬਣੀ ਨੀ। ਇੱਕ ਦੋ ਵਾਰੀ ਉਹਨਾਂ ਨੂੰ ਸਟੇਜ ਤੇ ਬੁਲਾਇਆ ਵੀ ਆ, ਲੇਕਿਨ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਸੰਯੁਕਤ ਮੋਰਚੇ ਨੇ ਉਹਨਾਂ ਨੂੰ ਬੋਲਣਾ ਵੀ ਬੰਦ ਕਰਤਾ ਸਟੇਜ ਤੋਂ। ਦੇਖੋ ਜੀ, ਗੱਲ ਕੀ ਇਹ, ਮੈਂ ਜ਼ਿਆਦਾ ਦੀਪ ਸਿੱਧੂ ਬਾਰੇ ਗੱਲ ਨਹੀਂ ਕਰਾਂਗਾ, ਮੈਨੂੰ ਉਹਦੇ ਬਾਰੇ ਜ਼ਿਆਦਾ ਡਿਟੇਲ ਵੀ ਨਹੀਂ ਪਤਾ। ਠੀਕ ਹੈ, ਲੱਖੇ ਬਾਰੇ ਅਸੀਂ ਤਾਂ ਪਤਾ ਹੈ ਜੀ, ਮੈਂ ਚਾਹੇ ਹਰਿਆਣੇ ਬੈਠਾ ਸਾਂ, ਅਸੀਂ ਉਹਨੂੰ ਮਤਲਬ ਉਹਦੇ ਕੰਮ ਨੂੰ ਅਸੀਂ ਚਾਹੇ ਸੋਸ਼ਲ ਮੀਡੀਆ ਦੇ ਰਸਤੇ ਚਾਹੇ ਨਿਊਜ਼ ਚੈਨਲ ਰਸਤੇ ਦੇਖਿਆ। ਠੀਕ ਹੈ ਜੀ, ਹਾਂ, ਪਰ ਜਿਹੜਾ ਲੱਖਾ ਸਿਦਾਣਾ ਇੱਕ ਆਮ ਘਰ ਦਾ ਇੱਕ ਛੋਟੇ ਕਿਸਾਨ ਦਾ ਪੁੱਤਰ ਸੀ, ਉਹ ਉਸ ਵਿੱਚ ਪੰਜਾਬ ਦੇ ਆਮ ਕਿਸਾਨ ਨਾਲ, ਛੋਟੇ ਕਿਸਾਨ ਨਾਲ, ਨੌਜਵਾਨਾਂ ਨਾਲ ਉਹ ਜ਼ਿਆਦਾ ਗਰਾਊਂਡ ਤੇ ਜ਼ਮੀਨ ਤੇ ਜੁੜਿਆ ਸੀ। ਠੀਕ ਹੈ, ਠੀਕ ਹੈ। ਦੀਪ ਸਿੱਧੂ ਇੱਕ ਐਕਟਰ ਲਾ ਲਓ, ਇੱਕ ਜ਼ਿਆਦਾ ਮਤਲਬ ਕੁਆਲੀਫਾਈਡ, ਉਹ ਮਤਲਬ ਉਸ ਤਰੀਕੇ ਨਾਲ ਇੱਕ ਅਲੱਗ ਹੀ ਸੈਲੀਬ੍ਰਿਟੀ, ਉਹ ਉਸ ਤਰੀਕੇ ਨਾਲ ਜੋ ਲੱਖੇ ਸਦਾਣੇ ਦੀ ਅਪੀਲ ਹੈ ਲੋਕਾਂ ਵਿੱਚ ਆਪਣੇ ਯੂਥ ਵਿੱਚ, ਮੇਰੇ ਹਿਸਾਬ ਤੇ ਉਹਦੇ ਲੱਖਾਂ ਸਦਾਣੇ ਦੀ ਜ਼ਿਆਦਾ ਅਪੀਲ ਹੈ। ਠੀਕ ਹੈ, ਠੀਕ ਹੈ ਜੀ। ਬਾਕੀ ਮੇਰਾ ਮੰਨਣਾ ਹੁਣ ਦੂਜੇ ਪਾਸੇ ਇੱਕ ਗੱਲ ਆ ਸੀ, ਜੋ ਹਰਿਆਣੇ ਤੇ ਪੰਜਾਬ ਦੀ ਕਿਸਾਨ ਯੂਨੀਅਨ ਵਿੱਚ ਇੱਕ ਬਹੁਤ ਵੱਡਾ ਚੇਂਜ ਆ, ਪੰਜਾਬ ਹਰਿਆਣੇ ਦਾ ਜਿਹੜਾ ਲੀਡਰ ਸਾਡਾ ਗੁਰਦਾਨ ਸਿੰਘ ਚੜੂਨੀ ਜੀ, ਉਹ ਜਨਤਾ ਨੂੰ ਮੁੱਖ ਰੱਖ ਕੇ ਫੈਸਲੇ ਲੈਂਦਾ ਹੈ, ਜਨਤਾ ਦੀ ਆਵਾਜ਼ ਸੁਣ ਕੇ ਫੈਸਲੇ ਲੈਂਦੇ ਨੇ ਵੀ ਮੇਰੇ ਨਾਲ ਲੱਗੇ ਜਿਹੜਾ ਯੂਥ ਹੈ, ਜੋ ਮੇਰੇ ਹਰਿਆਣੇ ਦੇ ਬੰਦੇ ਕੀ ਚਾਹ ਰਹੇ ਨੇ, ਉਹ ਕੀ ਚਾਹੁੰਦੇ ਨੇ ਵੀ ਕੀ ਕਰਨਾ। ਠੀਕ ਹੈ, ਇਸ ਕਰਕੇ ਹੀ ਉਹਨਾਂ ਦੇ ਫੈਸਲੇ ਬਿਲਕੁਲ ਗਰਮ ਹੁੰਦੇ ਨੇ, ਜੋਸ਼ ਵਾਲੇ ਹੁੰਦੇ ਨੇ, ਉਹ ਕਦੀ ਡਰਨ ਵਾਲੀ ਗੱਲ ਨਹੀਂ ਉਹਨਾਂ ਦੇ ਅੰਦਰ, ਮਤਲਬ ਹਰ ਟਾਈਮ ਮਤਲਬ ਅੱਗੇ ਨੂੰ ਮਤਲਬ ਅਗਲੀ ਸੋਚਣੀ, ਮਤਲਬ ਸੰਘਰਸ਼ ਕਰਦੇ ਕਦੀ ਘਬਰਾਉਣਾ ਨੀ। ਠੀਕ ਹੈ ਜੀ, ਮਤਲਬ ਹੁਣ ਸਾਡੇ ਹਰਿਆਣੇ ਚ ਸਟੇਜ ਹੈ ਬੀਜੇਪੀ ਦਾ ਮੁੱਖ ਮੰਤਰੀ, ਮੰਤਰੀ ਕੋਈ MLA ਕੋਈ ਨੇਤਾ ਹਰਿਆਣੇ ਦੇ ਕਿਸੇ ਪਿੰਡ ਚ ਨੀ ਘੁੱਸ ਸਕਦਾ, ਬੈਨ ਹੈ ਉਹਨਾਂ ਦਾ ਜੀ। ਠੀਕ ਹੈ, ਤਾਂ ਹੁਣ ਚੱਕਰ ਕੀ, ਦੂਜੇ ਪਾਸੇ ਹਰਿਆਣਾ ਪੂਰਾ ਗੁਰਨਾਮ ਸਿੰਘ ਚੜੂਨੀ ਨੂੰ ਫੋਲੋ ਕਰਦਾ, ਜੇ ਪ੍ਰਧਾਨ ਜੀ ਸਾਡੇ ਕਹਿਣਗੇ ਵੀ ਤੁਸੀਂ ਇਹ ਕੰਮ ਕਰਨਾ ਹੈ ਤੇ ਉਹ ਕੰਮ ਹੋ ਜਾਏਗਾ ਅਗਲੇ ਦਿਨ, ਜੇ ਉਹ ਕਹਿਣਗੇ ਕੰਮ ਨਹੀਂ ਕਰਨਾ ਉਹ ਕੰਮ ਨਹੀਂ ਹੋਏਗਾ। ਠੀਕ ਹੈ, ਦੂਜੇ ਪਾਸੇ ਪੰਜਾਬ ਵਿੱਚ ਕੀ ਇਹ ਵਿਖਰਾਵਾ ਜ਼ਿਆਦਾ, 32 ਜਥੇਬੰਦੀਆਂ ਸਨ ਉਹਨਾਂ ਦਾ ਉਸ ਤਰੀਕੇ ਦਾ ਗਰਾਊਂਡ ਵਰਕ ਨਹੀਂ ਸੀ, ਜਾਂ ਕੁਝ ਵੀ ਲਗਾ ਲੋ ਜ਼ਮੀਨੀ ਸਤਰ ਤੇ ਉਹ ਇੰਨੀਆਂ ਮਜ਼ਬੂਤ ਨਹੀਂ ਸਨ
ਉਹਨਾਂ ਦਾ ਜੜਾਵ ਨਹੀਂ ਸੀ ਲੋਕਾਂ ਨਾਲ ਜਿਹੜੇ ਆਪਣੇ ਯੂਥ ਨਾਲ ਉਸ ਤਰੀਕੇ ਦਾ। ਇੱਕ ਆਪਣੇ ਜਗਦੀਪ ਸਿੰਘ ਜੀ ਇਹ ਵੀ ਜਿੱਦਾਂ ਕੋਈ ਵਿਚਾਰਾਂ ਦਾ ਬਖਰੇਵਾ ਵੀ ਹੈਗਾ ਵੀ ਵਿੱਚ ਜਿੱਦਾਂ ਕਿਸਾਨੀ ਮੋਰਚੇ ਨੂੰ ਲੈ ਕੇ ਜਿੱਦਾਂ ਪੰਜਾਬ ਦੇ ਨਾਲ ਪਹਿਲਾਂ ਵੀ ਵਧੀਕੀਆਂ ਹੁੰਦੀਆਂ ਆਈਆਂ ਵੀ ਪੰਜਾਬ ਦੇ ਜਿਹੜੇ ਨੌਜਵਾਨ ਉਹ ਇਹ ਸਮਝਦੇ ਵੀ ਅਸੀਂ ਹੋਣ ਦੀ ਲੜਾਈ ਲੜੀਏ ਆਪਣੇ ਮਤਲਬ ਵੱਧ ਅਧਿਕਾਰਾਂ ਦੀ ਲੜਾਈ, ਉਹ ਏਦਾਂ ਤਾਂ ਨਹੀਂ ਲੱਗਦਾ ਕਿ ਦੋ ਚੀਜ਼ਾਂ ਮਿਕਸ ਹੋ ਰਹੀਆਂ ਸੀ ਇਸ ਕਰਕੇ ਵੀ ਵਿਚਾਰਧਾਰਾ ਦੇ ਵਿੱਚ ਟਕਰਾਅ ਹੋ ਰਿਹਾ। ਦੇਖੋ ਜੀ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਵੀ ਸਾਡਾ ਮੇਨ ਮੁੱਦਾ ਕਿਸਾਨੀ ਦਾ ਠੀਕ ਹੈ। ਹਾਂ ਅਸੀਂ ਇੱਕ ਗੱਲ ਗੁਰਨਾਮ ਸਿੰਘ ਚੜੂੰਜੀ ਸਾਡੇ ਪ੍ਰਧਾਨ ਜੀ ਨੇ ਲਗਾਤਾਰ ਜ਼ੋਰ ਦਿੱਤਾ ਪੰਜਾਬ ਦੇ ਲੀਡਰਾਂ ਨੂੰ ਵੀ ਸ਼ੁਰੂ ਵਿੱਚ ਬਹੁਤ ਔਖੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਕਹਿਣਾ, ਉਹ ਕਹਿੰਦੇ ਸਨ ਵੀ ਜੇ ਅੰਦੋਲਨ ਇਕੱਲਾ ਪੰਜਾਬ ਦਾ ਜਾਂ ਹਰਿਆਣੇ ਦਾ ਰਹੇਗਾ ਅਸੀਂ ਇਹਨੂੰ ਕਦੀ ਨੀ ਜਿੱਤ ਸਕਦੇ, ਇਹ ਅੰਦੋਲਨ ਸਾਨੂੰ ਪੂਰੇ ਦੇਸ਼ ਦਾ ਬਣਾਉਣਾ ਪੈਣਾ, ਜਦੋਂ ਸਰਕਾਰ ਨੂੰ ਆ ਲੱਗਾ ਸਾਡਾ ਰਾਜ ਹੀ ਪਲਟ ਦੇਣਗੇ, ਇਹਨਾਂ ਸਾਡਾ ਉਦੋਂ ਕਹਿਣਾ ਮੰਨਣਾ, ਉਦੋਂ ਸਾਡੀਆਂ ਡਿਮਾਂਡਾਂ ਤੇ ਸੀਰੀਅਸ ਹੋਣਗੇ। ਠੀਕ ਹੈ। ਅਸੀਂ ਇੱਕ ਚੀਜ਼ ਖੁਦ ਨੋਟ ਕੀਤੀ ਬਈ ਉਸ ਤਰੀਕੇ ਨਾਲ ਪੰਜਾਬ ਦੇ ਜਥੇਬੰਦੀਆਂ ਇਸ ਚੀਜ਼ ਪਾਸੇ ਘੱਟ ਧਿਆਨ ਸਟਾਰਟਿੰਗ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਬਹੁਤ ਵੱਡਾ ਮੈਦਾਨ ਜਿੱਤ ਲਿਆ, ਅਸੀਂ ਦਿੱਲੀ ਤੱਕ ਪਹੁੰਚ ਗਏ, ਪਰ ਸੱਚਾਈ ਇਹ ਨਹੀਂ ਸੀ, ਇਹ ਸਰਕਾਰ ਐਵੇਂ ਦੀ ਸੀ, ਆਪੇ ਤਾਨਾਸ਼ਾਹ ਸਰਕਾਰ ਸੀ, ਸਾਡੀ ਲੜਾਈ ਤਾਂ ਉਦਣ ਚਾਲੂ ਹੋਈ ਜਦੋਂ ਅਸੀਂ ਦਿੱਲੀ ਆਏ, ਲੜਾਈ ਤਾਂ ਸਾਨੂੰ ਵੀ ਨੀ ਪਤਾ ਕਿੰਨੀ ਲੰਮੀ ਚੱਲੂਗੀ, 2 ਸਾਲ ਚੱਲੇਗੀ ਤੇ 1 ਸਾਲ ਚੱਲੇਗੀ। ਠੀਕ ਹੈ। ਤਾਂ ਜਦੋਂ ਤੁਸੀਂ ਲੰਮੀ ਲੜਾਈ ਲੜਨੀ ਹੈ ਤੁਹਾਨੂੰ ਸੰਗਠਨ ਬੰਦੇ ਨਵੇਂ ਜੋੜਨੇ ਪੈਣਗੇ, ਨਵੇਂ ਲੋਕਾਂ ਦਾ ਸਾਥ ਲੈਣਾ ਪਏਗਾ, ਉਸ ਲੜਾਈ ਨੂੰ ਬੜੇ ਲੰਮੇ ਚੌੜੇ ਏਰੀਏ ਤੱਕ ਫੈਲਾਉਣਾ ਪਏਗਾ। ਹੁਣ ਸਾਡੇ ਨਾਲ ਦਲਿਤ ਭਰਾ ਵੀ ਲੱਗ ਗਏ, ਸਾਡੇ ਨਾਲ ਮਜ਼ਦੂਰ ਵੀ ਲੱਗ ਗਿਆ, ਹੁਣ ਸਾਡੇ ਸਰਕਾਰੀ ਕਰਮਚਾਰੀ ਵੀ ਲੱਗ ਗਏ, ਜੋ ਜੋ ਦੁਖੀ ਦੇਸ਼ ਵਿਚ ਲੋਕ ਨੇ ਉਹ ਸਾਡਾ ਸਹਾਰਾ ਬਣਨ ਲੱਗ ਗਏ, ਸਾਡੇ ਨਾਲ ਆ ਗਏ, ਉਹਨਾਂ ਨੂੰ ਸਾਨੂੰ ਇੱਕ ਉਹਨਾਂ ਦੀ ਸਪੋਰਟ ਮਿਲਣ ਲੱਗ ਗਈ, ਸਾਨੂੰ ਆਪਣੀ ਸੋਚ ਹੁਣ ਜਿਹੜੀ 22 ਜਥੇਬੰਦੀਆਂ ਦੇ ਵਿੱਚੇ ਤੁਸੀਂ ਆ, ਹੁਣ ਸਾਰਿਆਂ ਨੂੰ ਸਮਝ ਲੱਗ ਗਈ ਆ, ਹੁਣ ਜਿਹੜੀ ਆਪਾਂ ਇਹ ਕਹਿ ਲਈਏ ਵੀ ਗੱਡੀ ਲੀਹ ਤੇ ਪੈ ਗਈ ਆ, ਜਿਹੜੀ ਲੜਾਈ ਤੁਸੀਂ ਲੜਨੀ ਚਾਹੁੰਦੇ ਆ ਉਹ ਲੜਾਈ ਲਈ ਹੁਣ ਸੰਯੁਕਤ ਮੋਰਚਾ ਰੈਡੀ ਆ, ਤਿਆਰ ਆ। ਬਿਲਕੁਲ ਜੀ ਬਿਲਕੁਲ, ਸਾਰਾ ਕੁਛ ਹੁਣ ਇਸ ਟਾਈਮ ਸਾਡੇ ਹਿਸਾਬ ਨਾਲ ਜਿਹੜਾ ਅੰਦੋਲਨ ਹੈ ਪੂਰੇ ਦੇਸ਼ ਦਾ। ਦੇਖੋ ਜੀ ਇੱਕ ਗੱਲ ਬੜੀ ਸੋਚਣ ਸਮਝਣ ਦੀ, ਸਾਡੀ ਸਭ ਤੋਂ ਮੇਨ ਡਿਮਾਂਡ ਹੈ ਜਿਹੜਾ ਸਾਡਾ MSP ਹੈ, ਸਾਡਾ ਰੇਟ ਆ ਮਿਨੀਮਮ ਸਪੋਰਟ ਪ੍ਰਾਈਸ, ਸਾਨੂੰ ਉਹਦੀ ਗਰੰਟੀ ਦਾ ਕਾਨੂੰਨ ਬਣਾ ਲਓ। ਅੱਛਾ ਜੀ। ਬਈ ਸਾਡੇ ਵੱਲੋਂ ਚਾਹੇ ਅੰਬਾਨੀ ਖਰੀਦਣਾ ਆਏ ਫਸਲ, ਚਾਹੇ ਅਡਾਨੀ ਖਰੀਦਣਾ ਆਏ, ਚਾਹੇ ਸਰਕਾਰ ਆਏ, ਸਾਨੂੰ ਸਾਡਾ ਪੂਰਾ ਰੇਟ ਮਿਲ ਜੇ, ਸਾਡੇ ਵੱਲੋਂ ਕੋਈ ਲੈ ਜੇ। ਓਕੇ। ਸਾਨੂੰ ਪ੍ਰਧਾਨ ਮੰਤਰੀ ਸੰਸਦ ਚ ਖੜਾ ਹੋ ਕੇ ਪਾਰਲੀਮੈਂਟ ਚ ਕਹਿੰਦਾ MSP ਥਾ ਹੈ ਰਹੇਗਾ, ਹਾਂਜੀ ਅਸੀਂ ਕਹਿੰਦੇ ਆ ਜੋ ਤੂੰ ਮੂੰਹ ਤੋਂ ਕਹਿ ਰਿਹਾ ਇਹਦਾ ਇਹਨੂੰ ਕਾਨੂੰਨੀ ਰੂਪ ਦੇ ਦੇ। ਠੀਕ ਆ। ਕਿਉਂਕਿ ਇਹ ਦੇਸ਼ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹ ਸੰਵਿਧਾਨ ਨਾਲ ਚੱਲਦਾ, ਨਾ ਕਿ ਇਹ ਗੱਲਾਂ ਨਾਲ ਚੱਲਦਾ, ਨਾ ਕਿ ਇਹ ਵਾਅਦਿਆਂ ਨਾਲ ਚੱਲਦਾ। ਵਾਅਦਾ ਤਾਂ ਤੁਸੀਂ ਪਹਿਲਾਂ ਮਤਲਬ ਕਮਿਸ਼ਨ ਦਾ ਵੀ ਕੀਤਾ, ਉਹ ਤੇ ਲਾਗੂ ਕੀਤਾ ਨੀ ਪ੍ਰਧਾਨ ਮੰਤਰੀ ਨੇ। ਹਾਂ ਉਹ ਤੇ ਲਾਗੂ ਨੀ ਕੀਤਾ ਬਈ ਅਸੀਂ, ਤੁਸੀਂ ਪ੍ਰਧਾਨ ਮੰਤਰੀ ਸਾਡਾ ਝੂਠਾ ਬੰਦਾ, ਇਹਨੇ ਕਿਹਾ ਸੀ ਮੈਂ ਇੰਡੀਆ ਚ ਆਏ ਸਾਲ 2 ਕਰੋੜ ਨਵੀਆਂ ਨੌਕਰੀਆਂ ਦਾ ਕਰਾਂਗਾ। ਹਾਂਜੀ ਅੱਜ 2 ਕਰੋੜ ਨੌਕਰੀਆਂ ਤੇ ਦੂਰ ਦੀ ਗੱਲ ਜੀ, ਨੌਕਰੀ ਮਿਲੀ ਨੀ ਰਹੀ, ਬੇਰੁਜ਼ਗਾਰੀ ਸਗੋਂ 2 ਗੁਣਾ ਜ਼ਿਆਦਾ ਵੱਧ ਗਈ। ਠੀਕ ਹੈ। ਤਾਂ ਅਸੀਂ ਇਸ ਕਰਕੇ ਕਿਹਾ ਵੀ ਜੋ ਤੁਸੀਂ ਮੂੰਹ ਤੋਂ ਕਹਿ ਰਹੇ ਹੋ ਇਹ, ਜਿਵੇਂ ਤੁਸੀਂ ਸਾਡੇ 3 ਓਰਡੀਨੈਂਸ ਲੈ ਕੇ ਆਏ, 4th ਓਰਡੀਨੈਂਸ ਸਾਡੇ ਕਹਿਣ ਤੇ ਕਾਨੂੰਨ ਹੋਰ ਲਿਆ ਦੋ ਬਈ ਇਹ MSP ਗਰੰਟੀ ਦਾ। ਜੇ ਆਪਾਂ ਜਗਦੀਪ ਸਿੰਘ ਜੀ ਇਹ MSP ਗਰੰਟੀ ਦਾ ਕਾਨੂੰਨ ਬਣਾਉਂਦੇ ਆ ਤੇ ਫੇਰ ਤੁਸੀਂ ਜਿਹੜੇ 3 ਕਾਨੂੰਨ ਆ ਫੇਰ ਉਹਨੂੰ ਸਵੀਕਾਰ ਕਰ ਲਓਗੇ? ਦੇਖੋ ਜੀ ਜੇ MSP ਗਰੰਟੀ ਦਾ ਸਾਡਾ ਕਾਨੂੰਨ ਬਣਦਾ, ਹਾਂ ਉਹਦੇ ਵਿੱਚ ਸਾਡੀਆਂ 2 ਡਿਮਾਂਡ ਨੇ, ਇੱਕ ਤੇ ਆ 3 ਕਾਨੂੰਨ ਰੱਦ ਕਰੋ ਤੇ MSP ਗਰੰਟੀ ਦਿਓ। ਓਕੇ। ਹੁਣ ਜੇ MSP ਗਰੰਟੀ ਜਿਹੜੀ ਡਿਮਾਂਡ ਹੈ ਨਾ, ਪੂਰੇ ਦੇਸ਼ ਵਿੱਚ 94% ਫਸਲਾਂ ਬਿਨਾਂ MSP ਤੋਂ ਵਿਕ ਰਹੀਆਂ ਨੇ ਇੰਡੀਆ ਚ, ਸਿਰਫ 6% ਫਸਲ MSP ਤੇ ਵਿਕਦੀ ਹੈ, ਸਿਰਫ ਹਰਿਆਣੇ ਤੇ ਪੰਜਾਬ ਦੀ। ਠੀਕ ਹੈ। ਜੇ MSP ਗਰੰਟੀ ਲਾਗੂ ਹੁੰਦੀ ਹੈ, ਮੈਨੂੰ ਬਿਹਾਰ ਵੀ ਜਾਣ ਦਾ ਮੌਕਾ ਮਿਲਿਆ, ਉੱਥੇ ਇਸ ਟਾਈਮ ਝੋਨੇ ਦਾ ਰੇਟ 1000 ਰੁਪਏ ਤੋਂ ਲੈ ਕੇ 1100 ਰੁਪਏ ਵਿਕਦਾ। ਅੱਛਾ ਜੀ। ਆਹੀ ਰੇਟ ਬੰਗਾਲ ਨੂੰ ਮਿਲਦਾ 1000 ਤੋਂ 1100 ਪਰ ਕੁਇੰਟਲ ਦਾ। ਠੀਕ ਹੈ। ਤਾਂ ਸਾਨੂੰ ਪੰਜਾਬ ਨੂੰ ਤੇ ਹਰਿਆਣੇ ਨੂੰ ਮਿਲਦਾ 1900 ਰੁਪਏ ਕੁਇੰਟਲ ਦਾ, ਉਹਨਾਂ ਤੋਂ ਲਗਭਗ 800 ਤੋਂ 900 ਰੁਪਏ ਵੱਧ ਫਾਲਤੂ। ਹੁਣ ਜਦੋਂ ਅਸੀਂ ਸਰਕਾਰ ਨੂੰ ਡਿਮਾਂਡ ਕਰ ਰਹੇ ਵੀ ਪੂਰੇ ਦੇਸ਼ ਦਿਓ MSP, ਅਸੀਂ ਆਪਣੇ ਬਿਹਾਰ ਵਾਲੇ ਭਰਾਵਾਂ ਨੂੰ ਵੀ 1900 ਰੁਪਿਆ ਰੇਟ ਦਵਾਉਣ ਦੀ ਲੜਾਈ ਲੜ ਰਹੇ ਹਾਂ, ਆਪਣੇ ਬੰਗਾਲ ਵਾਲੇ ਭਰਾਵਾਂ ਨੂੰ ਵੀ 1900 ਰੁਪਿਆ ਰੇਟ ਦਵਾਉਣ ਦੀ ਲੜਾਈ ਲੜ ਰਹੇ ਹਾਂ, ਪੂਰੇ ਦੇਸ਼ ਨੂੰ ਇੱਕ ਰੇਟ ਦਵਾਉਣ ਦੀ ਲੜਾਈ ਲੜ ਰਹੇ ਹਾਂ। ਇਹ ਗੱਲ ਹੁਣ ਉਹਨਾਂ ਲੋਕਾਂ ਨੂੰ ਸਮਝ ਆ ਗਈ।
ਠੀਕ ਹੈ, ਇਹਦੇ ਲਈ ਤਾਂ ਫਿਰ ਲੋਕ ਉਹ ਵੀ ਉੱਠਣਗੇ ਜਿਨ੍ਹਾਂ ਦੇ ਹੱਕ ਦੀ ਆਵਾਜ਼ ਤੁਸੀਂ ਕਰ ਰਹੇ, ਫਿਰ ਉੱਠਣਗੇ ਤਾਂ ਸਰਕਾਰ ਨੂੰ ਭਾਰੀ ਨੀ ਪੈਜੂਗਾ, ਨਿੰਦਾ ਨੀ ਪੈਜੂਗਾ। ਇਸ ਇਹੀ ਤੇ ਕਾਰਨ ਹੈ ਜਿਹੜਾ ਅੰਦੋਲਨ ਦੂਜੇ ਦੇਸ਼ ਦੇ ਬਾਕੀ ਹਿੱਸੇ ਫੈਲਣ ਲੱਗ ਗਿਆ। ਉਹਨਾਂ ਨੂੰ ਵੀ ਲੱਗਾ ਵੀ ਇਹ ਸਾਡੇ ਭਰਾ ਨੇ, ਇਹਨਾਂ ਹਰਿਆਣੇ ਪੰਜਾਬ ਨੇ ਲੜਾਈ ਚਾਲੂ ਕਰਤੀ, ਪਰ ਇਹਦਾ ਬੈਨੀਫਿਟ ਤਾਂ ਸਾਨੂੰ ਸਾਰਿਆਂ ਨੂੰ ਹੋਣਾ ਹੈ। ਇਸ ਕਰਕੇ ਹੁਣ ਅੰਦੋਲਨ ਦਾ ਸਵਰੂਪ ਬਦਲ ਗਿਆ, ਅੰਦੋਲਨ ਹੁਣ ਇਹ ਪੂਰਾ ਦੇਸ਼ ਵਿਆਪੀ ਤਾਂ ਵਰਲਡ ਲੈਵਲ ਤੇ ਲੋਕ ਇਸ ਅੰਦੋਲਨ ਨੂੰ ਦੇਖਣ ਲੱਗ ਗਏ ਵੀ ਇੱਡੇ ਵੱਡੇ ਲੈਵਲ ਤੇ ਪੂਰੇ ਦੇਸ਼ ਵਿੱਚ ਅੰਦੋਲਨ ਪੈ ਰਿਹਾ। ਚਲੋ ਹੁਣ ਆਪਾਂ ਆ ਜਾਂਦੇ ਜਿਹੜੀਆਂ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ, ਵੋਟਾਂ ਪੈ ਰਹੀਆਂ, ਚੋਣਾਂ ਹੋ ਰਹੀਆਂ, ਤੇ ਤੁਸੀਂ ਆਪ ਹੀ ਦੱਸਿਆ ਕਿ ਚਡੂਨੀ ਸਾਹਿਬ ਵੀ ਹੋਰ ਵੀ ਤੁਹਾਡੇ ਜਿੰਨੇ ਵੀ ਆਗੂ ਆ ਵੱਖ ਵੱਖ ਸਟੇਟਾਂ ਦੇ ਵਿੱਚ, ਖਾਸ ਤੌਰ ਤੇ ਜਿੱਥੇ ਜ਼ਿਆਦਾ ਮਤਲਬ ਆਪਾਂ ਕਹੀਏ ਵੀ ਕਾਂਟੇ ਦੀ ਟੱਕਰ ਆ ਬੰਗਾਲ ਦੇ ਵਿੱਚ ਆ, ਮਮਤਾ ਬੈਨਰਜੀ ਤੇ ਹੋਰ ਪਾਸੇ ਬੀਜੇਪੀ, ਉੱਥੋਂ ਤੁਸੀਂ ਜਾਣੂ ਆਏ ਆ ਉੱਥੇ ਦੇ ਕੀ ਹਾਲਾਤ ਆ ਤੇ ਤੁਹਾਡੀ ਕੀ ਪਾਲਿਸੀ ਆ, ਜਿਹੜੀ ਸੰਯੁਕਤ ਮੋਰਚਾ ਇਹਦੀ ਕੀ ਪਾਲਿਸੀ ਆ, ਇਹ ਚੋਣਾਂ ਦੇ ਵਿੱਚ ਇੱਕ ਪਾਸੇ ਕਹਿ ਰਿਹਾ ਸੀ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈਣਾ, ਦੂਏ ਪਾਸੇ ਪ੍ਰਚਾਰ ਕਰਨ ਗਿਆ, ਇਹ ਕੀ ਪਾਲਿਸੀ ਆ? ਦੇਖੋ, ਸੰਯੁਕਤ ਕਿਸਾਨ ਮੋਰਚਾ ਇਹ ਕੋਈ ਰਾਜਨੀਤਿਕ ਮੰਚ ਨਹੀਂ। ਠੀਕ, ਅਸੀਂ ਬੰਗਾਲ ਗਏ ਆ ਆਪਣਾ ਸੁਨੇਹਾ ਲੈ ਕੇ, ਆਪਣੇ ਕਿਸਾਨ ਭਰਾਵਾਂ ਨੂੰ ਬੰਗਾਲਦਿਆਂ ਨੂੰ। ਹਾਂਜੀ, ਅਸੀਂ ਉਹਨਾਂ ਨੂੰ ਆ ਕਹਿਣ ਗਏ ਆ, ਅਸੀਂ ਉੱਥੇ ਕਿਸੇ ਇੱਕ ਪਾਰਟੀ ਦੇ ਕਹਿਣੇ ਤੇ ਨਹੀਂ ਗਏ, ਅਸੀਂ ਤਾਂ ਸਿਰਫ ਆਪਣੀਆਂ ਪ੍ਰਚਾਰਤਾ ਕੀਤੀਆਂ। ਉੱਥੇ ਲੋਕ ਆਏ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਿਰਫ ਬੀਜੇਪੀ ਨੂੰ ਹਰਾਉਣਾ, ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਜਿਹਨੂੰ ਮਰਜ਼ੀ ਵੋਟ ਦਿਓ। ਠੀਕ, ਜੋ ਕੈਂਡੀਡੇਟ ਮਜ਼ਬੂਤ ਆ ਬੀਜੇਪੀ ਦੇ ਖਿਲਾਫ, ਕਿਸੇ ਵੀ ਪਾਰਟੀ ਦਾ ਹੋਏ, ਆਜ਼ਾਦ ਹੋਏ, ਜਿੱਦਾਂ ਮਰਜ਼ੀ, ਤੁਸੀਂ ਉਹਨੂੰ ਵੋਟ ਦੇ ਦੋ। ਸਿੱਧਾ ਵਿਰੋਧ ਆ ਵੀ ਬੀਜੇਪੀ ਨੂੰ ਨਹੀਂ ਅਲੱਗ ਲੱਗਣ ਦੇ, ਬੀਜੇਪੀ ਨੂੰ ਹਰਾਓ। ਬੀਜੇਪੀ ਨੂੰ ਕਿਉਂ ਹਰਾਉਣਾ, ਉਹਦਾ ਵੀ ਕਾਰਨ ਹੈ। ਬੀਜੇਪੀ ਇਸ ਦੇਸ਼ ਵਿਚ ਕਿਸਾਨ ਮਜ਼ਦੂਰ ਨੂੰ ਮਾਰਨ ਵਾਲੀਆਂ ਨੀਤੀਆਂ ਤੇ ਕਾਨੂੰਨ ਲੈ ਕੇ ਆ ਰਹੀ ਹੈ। ਠੀਕ, ਇੰਡੀਆ ਦੇ ਵਿਚ ਹੁਣ ਜਿਹੜਾ ਲੇਬਰ ਲਾ ਹੈ ਉਹਦੇ ਚੇਂਜ ਕਰਤਾ, ਜਿਹੜੀ 8 ਘੰਟੇ ਦੀ ਡਿਊਟੀ ਹੁੰਦੀ ਸੀ ਇੱਕ ਵਰਕਰ ਦੀ, ਮਜ਼ਦੂਰ ਦੀ, ਉਹ 12 ਘੰਟੇ ਦੀ ਕਰਤੀ। ਠੀਕ ਹੈ, ਉਹਨਾਂ ਨੂੰ ਵੀ ਉਹ ਪਹਿਲਾਂ ਕੀ ਹੁੰਦਾ ਸੀ ਭਾਰਤ ਦੇ ਕਾਨੂੰਨ ਦੇ ਹਿਸਾਬ ਨਾਲ 8 ਘੰਟੇ ਡਿਊਟੀ, ਉਸ ਤੋਂ ਬਾਅਦ ਕੋਈ ਕੰਮ ਕਰੇਗਾ ਉਹਨੂੰ ਓਵਰ ਟਾਈਮ ਮਿਲੇਗਾ। ਠੀਕ ਹੈ, ਹੁਣ ਉਹਦੀ ਡਿਊਟੀ 12 ਘੰਟੇ ਦੀ ਕਰਤੀ, ਜਿਹੜਾ ਸਿੱਧਾ ਸਿੱਧਾ ਮਜ਼ਦੂਰ ਦਾ ਵੀ ਸ਼ੋਸ਼ਣ ਆ। ਤਾਂ ਅਸੀਂ ਸਿਰਫ ਉਹਨਾਂ ਆਪਣੇ ਭਰਾਵਾਂ ਨੂੰ ਸੁਨੇਹਾ ਲਾਣ ਗਏ, ਅੱਜ ਤੁਹਾਡੇ ਅਸੀਂ ਗਲਤੀ ਕੀਤੀ, ਸਾਰੇ ਦੇਸ਼ ਨੇ ਜੋ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ, ਅੱਜ ਤੁਹਾਡੇ ਕੋਲ ਗਲਤੀ ਸੁਧਾਰਨ ਦਾ ਮੌਕਾ ਹੈ, ਇਹ ਤੁਹਾਡੇ ਕੋਲ ਵੋਟ ਮੰਗਣ ਆ ਰਹੇ ਨੇ, ਤੁਸੀਂ ਇਹਨਾਂ ਨੂੰ ਵੋਟ ਨਾ ਦਿਓ, ਤੁਸੀਂ ਇਹਨਾਂ ਨੂੰ ਹਰਾਓ, ਇਹਨਾਂ ਨੂੰ ਪਤਾ ਲੱਗੇ ਵੀ ਤੁਸੀਂ ਜੇ ਗਲਤ ਨੀਤੀਆਂ ਬਣਾਓਗੇ ਤੇ ਦੇਸ਼ ਦਾ ਕਿਸਾਨ ਮਜ਼ਦੂਰ ਤੁਹਾਨੂੰ ਹਰਾਉਣ ਦਾ ਕੰਮ ਕਰੇਗਾ, ਤੁਹਾਨੂੰ ਇਸ ਦੇਸ਼ ਦੀ ਸੱਤਾ ਤੇ ਨਹੀਂ ਰਹਿਣ ਦੇਗਾ। ਤੇ ਕਿਹੋ ਜਿਹਾ ਹੰਗਾਮਾ ਮੈਸੇਜ ਬਹੁਤ ਉੱਥੇ ਜੀ, ਬੀਜੇਪੀ ਦੀ ਕੋਈ ਲਹਿਰ ਨੀ, ਸਿਰਫ ਜਿਹੜਾ ਗੋਦੀ ਮੀਡੀਆ, ਜਿਹੜੇ ਵੱਡੇ ਨੈਸ਼ਨਲ ਚੈਨਲ ਜਿਹੜੇ ਬੀਜੇਪੀ ਦੇ ਦੁਆਰਾ ਖਰੀਦੇ ਹੋਏ, ਜਿਹੜੇ ਅੰਬਾਨੀ ਅਡਾਨੀ ਦੇ ਚੈਨਲ ਨੇ, ਉਹਨਾਂ ਨੇ ਬਾਕੀ ਦੇਸ਼ ਦੇ ਵਿੱਚ ਇੱਕ ਪ੍ਰਚਾਰ ਕੀਤਾ, ਝੂਠਾ ਪ੍ਰਚਾਰ ਕੀਤਾ ਜੀ, ਉੱਥੇ ਬੀਜੇਪੀ ਬਹੁਤ ਮਜ਼ਬੂਤ ਆ, ਪਰ ਸੱਚਾਈ ਆ ਇਹ ਬੰਗਾਲੀ ਲੋਕ ਪੰਜਾਬੀਆਂ ਵਰਗਾ, ਹਰਿਆਣਾ ਪੰਜਾਬ ਵਰਗਾ ਬੜੇ ਬਹਾਦਰ ਲੋਕ ਨੇ, ਦੇਸ਼ ਦੀ ਆਜ਼ਾਦੀ ਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ, ਤਾਂ ਸਾਨੂੰ ਪੂਰੀ ਉਹਨਾਂ ਭਰਾਵਾਂ ਦੇ ਉਮੀਦ ਹੈ ਇਹਨਾਂ ਨੂੰ ਬੜੀ ਪੂਰੀ ਤਰ੍ਹਾਂ ਹਰਾ ਕੇ ਘੱਲਣਗੇ ਬੰਗਾਲ ਤੋਂ। ਤੇ ਜਿੱਦਾਂ ਮਤਲਬ ਮਸ਼ੀਨਾਂ ਦੇ ਵਿੱਚ ਕਹਿੰਦੇ ਹੇਰਾ ਫੇਰੀ ਹੋ ਜਾਂਦੀ ਆ, ਵੋਟਾਂ ਤਾਂ ਮਸ਼ੀਨਾਂ ਚ ਪੈਣੀਆਂ, ਵੀ ਏਦਾਂ ਹੋ ਗਈ ਤਾਂ ਫੇਰ? ਦੇਖੋ ਜੀ, ਆ ਇੱਕ ਬਹੁਤ ਵੱਡਾ ਇਸ਼ੂ ਆ ਇੰਡੀਆ ਦਾ, ਤੇ ਅਸੀਂ ਫਿਰ ਵੀ ਇਹ ਇਸ਼ੂ, ਉੱਥੇ ਵੀ ਗੱਲ ਹੋਈ ਹੈ ਇਸ ਇਸ਼ੂ ਤੇ ਵੀ ਮਸ਼ੀਨਾਂ ਚ ਵੀ ਕੁਛ ਹੋ ਸਕਦਾ ਹੈ। ਪਰ ਦੇਖੋ ਗੱਲ ਆ ਜੀ, ਉਹ ਪੂਰਾ ਦੇਸ਼ ਲੈਵਲ ਦਾ ਇਸ਼ੂ ਹੈ, ਹੁਣ ਅਸੀਂ ਕਿਸਾਨੀ ਸੰਘਰਸ਼ ਚ ਸਾਡੀਆਂ ਆਪਣੇ ਅੰਦੋਲਨ ਨੂੰ ਲੜ ਰਹੇ ਹਾਂ, ਤਾਂ ਇਸ ਇਸ਼ੂ ਤੇ ਸਾਡੇ ਲੀਡਰਾਂ ਨੇ ਵੀ ਗੱਲਬਾਤ ਜ਼ਰੂਰ ਰੱਖੀ ਹੈ, ਬਾਕੀ ਅਗਲੇ ਸਮੇਂ ਚ ਇਹਦੇ ਬਾਰੇ ਵੀ ਸੋਚਿਆ ਜਾਏਗਾ ਬਈ ਆਹ ਨਾ ਹੋਏ ਬਈ ਇਹਨਾਂ ਦੇ ਖਿਲਾਫ਼ ਵੋਟ ਪਏ ਤੇ ਵੋਟਾਂ ਝੂਠੀ ਮੁੱਠੀ ਦੀਆਂ ਲੈ ਕੇ ਤੇ ਫਿਰ ਦੁਬਾਰਾ ਤੋਂ ਸੱਤਾ ਜਾ ਜਾਣ। ਜਗਦੀਪ ਸਿੰਘ ਜੀ, ਚਲੋ ਆਪਾਂ ਕਾਫੀ ਗੱਲਾਂ ਬਾਤਾਂ ਕੀਤੀਆਂ, ਫੇਰ ਵੀ ਜਿਹੜੇ ਬਾਕੀ ਸਟੇਟਾਂ ਚ ਆ ਰਿਹਾ, ਜਿੱਦਾਂ ਇਹਦੇ ਬੰਗਾਲ ਦੀ ਗੱਲ ਤੁਸੀਂ ਕਿਹਾ ਵੀ ਉੱਥੇ ਇਹਨਾਂ ਦੀ ਪੋਜੀਸ਼ਨ ਬੜੀ ਵਧੀਆ ਨੀਗੀ, ਬਾਕੀ ਜਿਹੜੀਆਂ ਚਾਰ ਸਟੇਟਾਂ ਦੇ ਵਿੱਚ ਉਹ ਵੀ, ਉੱਥੇ ਵੀ ਤੁਸੀਂ ਕੇਰਲਾ ਜਾਂ ਹੋਰ ਪਾਸੇ ਵੀ ਜਾ ਕੇ ਆਏ ਹੋ? ਕੇਰਲਾ ਚ ਤਾਂ ਜੀ, ਕੇਰਲਾ ਚ ਤਾਂ ਇਹਦਾ ਤਾਂ ਇਹ ਕੋਈ ਕੰਪੀਟੀਸ਼ਨ ਚ ਨਹੀਂ, ਉੱਥੇ ਇਹਨਾਂ ਦਾ ਇੱਕ ਵੀ MLA ਨਹੀਂ ਬਣਦਾ, ਉੱਥੇ ਤਾਂ UDF LDF ਦੋ ਗਰੁੱਪ ਨੇ, ਇੱਕ ਕਾਂਗਰਸ ਸਪੋਰਟਿਡ ਹੈ, ਇੱਕ ਕਾਮਰੇਡ ਸਪੋਰਟਿਡ ਹੈ CPM। ਠੀਕ ਆ, ਉਹਨਾਂ ਦੇ ਹੀ ਮੁਕਾਬਲੇ, ਉੱਥੇ ਮੁਕਾਬਲੇ ਚ ਹੈ ਹੀ ਨੀ, ਨਾ ਇਹ ਉੱਥੇ ਪ੍ਰਚਾਰ ਕਰਨ ਜਾ ਰਹੇ। ਤੀਜੇ ਪਾਸੇ ਇੱਕ ਸਟੇਟ ਸਾਡਾ ਤਮਿਲਨਾਡੂ, ਉੱਥੇ ਵੀ ਇਹਨਾਂ ਦਾ ਕੋਈ ਮੁਕਾਬਲਾ ਨੀ, ਨਾ ਇਹਨਾਂ ਦੀ ਉੱਥੇ ਪਾਰਟੀ ਹੈ, ਨਾ ਇਹ ਉੱਥੇ ਇਲੈਕਸ਼ਨ ਲੜ ਰਹੇ,
ਜੇ ਕਿਸੇ ਪਾਰਟੀ ਨੂੰ ਇੱਕ ਨੂੰ ਸਪੋਰਟ ਕਰਨਗੇ ਉਸ ਪਾਰਟੀਆਂ ਉੱਥੋਂ ਦੀਆਂ ਰੀਜਨਲ ਲੋਕਲ ਪਾਰਟੀਆਂ ਨੇ ਉਹਨਾਂ ਦੀ ਸਰਕਾਰ ਬਣਦੀ ਆ ਤਾਂ ਠੀਕ ਆ। ਇੱਕ ਉਸ ਤੋਂ ਬਾਅਦ ਜੋ ਆਸਾਮ ਇੱਕ ਆਸਾਮ ਸਟੇਟ ਏ ਸਾਡੇ ਈਸਟਰਨ ਸਟੇਟ ਏ ਉੱਥੇ ਇਹ ਕਹਿ ਰਹੇ ਨੇ ਬਈ ਅਸੀਂ ਰਿਪੀਟ ਕਰਾਂਗੇ ਪਰ ਉੱਥੇ ਵੀ ਸਾਡੇ ਕਿਸਾਨ ਲੀਡਰ ਵੀ ਗਏ ਨੇ ਬਾਕੀ ਉੱਥੋਂ ਦਾ ਇਹਨਾਂ ਦਾ ਇਹਨਾਂ ਦੀ ਉੱਥੇ ਮੌਜੂਦਾ ਸਰਕਾਰ ਏ ਓਕੇ ਹਾਂ ਰੂਲਿੰਗ ਪਾਰਟੀ ਹੁਣ ਦੁਬਾਰਾ ਸੈਕਿੰਡ ਇਲੈਕਸ਼ਨ ਚ ਆਏ ਨੇ ਬਾਕੀ ਉਮੀਦ ਆਏ ਉੱਥੇ ਵੀ ਹਾਰਨਗੇ ਸਾਨੂੰ ਪੂਰਾ ਵਿਸ਼ਵਾਸ ਏ ਦੇਸ਼ ਦੀ ਜਨਤਾ ਇਹਨਾਂ ਦੀਆਂ ਦੇਸ਼ ਨੂੰ ਜਿਹੜੀਆਂ ਮਾਰਨ ਵਾਲੀਆਂ ਜਨਤਾ ਨੂੰ ਪਰੇਸ਼ਾਨ ਕਰਨ ਵਾਲੀਆਂ ਨੀਤੀਆਂ ਨੂੰ ਉਹਨਾਂ ਦੇ ਖਿਲਾਫ਼ ਵੋਟ ਡਾਲ ਕੇ ਇਹਨਾਂ ਨੂੰ ਹਰਾਏਗੀ। ਪਾਂਡੂਚੇਰੀ ਉਹਨਾਂ ਦੀ ਇੱਕ ਛੋਟਾ ਜਿਹਾ ਇੱਕ ਟੈਰੀਟਰੀ ਏ ਉਹ ਕੋਈ ਮਤਲਬ ਇੰਨਾ ਵੱਡਾ ਰੋਲ ਨੀ ਰੱਖਦਾ ਸਾਡੀ ਪੋਲਿਟਿਕਸ ਤੇ ਠੀਕ ਆ ਉੱਥੋਂ 30 ਦੇ ਨੇੜੇ ਹੀ MLA ਬਣਦੇ ਨੇ ਇੱਕ ਛੋਟਾ ਜਿਹਾ ਟੈਰੀਟਰੀ ਏ ਉਹ ਤਮਿਲਨਾਡੂ ਦੇ ਨਾਲ ਲੱਗਦਾ ਠੀਕ ਆ ਤੇ ਜਦੋਂ ਦਾ ਤੁਸੀਂ ਇਹ ਸਟੇਟਾਂ ਦੇ ਵਿੱਚ ਜਿੱਦਾਂ ਇਹ ਆਪਣਾ ਤਰੀਕਾ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਮੋਰਚੇ ਨੇ ਵਰਤਿਆ ਆ ਤੇ ਸਰਕਾਰ ਤੇ ਉਸ ਤੋਂ ਬਾਅਦ ਕਿਉਂਕਿ ਰਾਜਨਾਥ ਦਾ ਵੀ ਬਿਆਨ ਆਇਆ ਤੇ ਹੋਰ ਵੀ ਲੋਕਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਜਦੋਂ ਦੇ ਤੁਸੀਂ ਬੰਗਾਲ ਜਾ ਕੇ ਲੱਗਦਾ ਵੀ ਸਰਕਾਰ ਦੇ ਵਿੱਚ ਕੋਈ ਚੇਂਜਿੰਗ ਆਈ ਆ। ਦੇਖੋ ਜੀ ਗੱਲ ਕੀ ਇਹ ਜਿਹੜੇ ਰਾਜਨੀਤਿਕ ਲੋਕ ਨੇ ਨਾ ਇਹ ਉਦੋਂ ਡਰਦੇ ਨੇ ਜਦੋਂ ਇਹਨਾਂ ਨੂੰ ਆਪਣੀ ਜ਼ਮੀਨ ਫਿਸਰਦੀ ਦਿਸਦੀ ਹੈ ਠੀਕ ਆ ਜਦੋਂ ਇਹਨਾਂ ਨੂੰ ਦਿਸਦਾ ਵੀ ਸਾਡਾ ਰਾਜ ਪਲਟਾ ਰਾਜ ਪਲਟ ਜੇਗਾ ਸਾਡਾ ਹੁਣ ਇਹਨਾਂ ਨੂੰ ਆਹ ਲੱਗਦਾ ਪਿਆ ਇਹ ਹੁਣ ਇਹ ਸਵਾਲ ਚੁੱਕ ਰਹੇ ਨੇ ਵੀ ਕਿਸਾਨ ਕਿਆ ਰਾਜਨੀਤੀ ਕਰਨ ਲੱਗਿਆ ਅਸੀਂ ਰਾਜਨੀਤੀ ਚ ਨਹੀਂ ਆਉਣਾ ਪਰ ਅਸੀਂ ਲੋਕਾਂ ਨੂੰ ਜ਼ਰੂਰ ਜਾਗਰੂਕ ਕਰਨਾ ਵੀ ਇਹ ਗਲਤ ਨੀਤੀ ਵਾਲਿਆਂ ਨੂੰ ਜ਼ਰੂਰ ਹਰਾਓ ਉਸ ਲਈ ਅਸੀਂ ਤੁਹਾਨੂੰ ਬੰਗਾਲ ਦੇ ਵਿੱਚ ਵੀ ਹਰਾਉਣ ਲਈ ਗਏ ਹਾਂ ਅਗਲੇ ਸਾਲ ਅਗਲੇ 10 ਮਹੀਨਿਆਂ ਬਾਅਦ ਉੱਤਰ ਪ੍ਰਦੇਸ਼ ਯੂਪੀ ਦਾ ਵੀ ਇਲੈਕਸ਼ਨ ਆਉਣਾ ਅਸੀਂ ਉੱਥੇ ਵੀ ਹਰਾਂਗੇ ਤੁਹਾਨੂੰ ਜਾਣਗੇ ਪੰਜਾਬ ਦੀ ਵੀ ਆ ਰਹੀ ਹੈ ਬਾਈ ਦੇ ਵਿੱਚ ਪੰਜਾਬ ਦਾ ਵੀ ਇਲੈਕਸ਼ਨ ਆਏਗਾ ਮਤਲਬ ਜੋ ਸਰਕਾਰ ਕਿਸਾਨਾਂ ਦੇ ਖਿਲਾਫ ਫੈਸਲੇ ਕਰੇਗੀ ਚਾਹੇ ਕੋਈ ਸਰਕਾਰ ਹੋਏਗੀ ਚਾਹੇ ਕੋਈ ਪਾਰਟੀ ਹੋਏਗੀ ਅਸੀਂ ਉਹਨੂੰ ਹਰਾਂਗੇ 100% ਹਰਾਂਗੇ ਤੇ ਜਿੱਦਾਂ ਤੁਸੀਂ ਕਿਹਾ ਵੀ ਸਿਆਸਤ ਦੇ ਵਿੱਚ ਆਉਣਾ ਨੀ ਪਰ ਜਦੋਂ ਸਿਆਸਤ ਦੇ ਵਿੱਚ ਆਉਂਦੇ ਨੀ ਤੇ ਸਿਆਸੀ ਲੋਕਾਂ ਨੂੰ ਵਰਤ ਜਾਂਦੇ ਆ ਤਾਂ ਕਿਸਾਨ ਕਿਉਂ ਨੀ ਆਪਣੀ ਪਾਰਟੀ ਬਣਾ ਲੈਂਦੇ ਪੂਰੇ ਦੇਸ਼ ਦੇ ਵਿੱਚ ਦੇਖੋ ਇਹ ਵੀ ਇਸ ਟਾਈਮ ਦਾ ਇੱਕ ਇਸ਼ੂ ਏ ਬਹੁਤ ਲੋਕਾਂ ਦੇ ਸੁਝਾਵ ਨੇ ਇਸ ਬਾਰੇ ਤਾਂ ਉਹਦੇ ਵਾਸਤੇ ਵੀ ਸਾਨੂੰ ਆਹ ਲੱਗਦਾ ਬਈ ਉਹ ਚੀਜ਼ ਕਨਸੈਪਟ ਕਾਫੀ ਸਾਨੂੰ ਬੁੱਧੀਜੀਵੀ ਜੋ ਐਜੂਕੇਟਡ ਲੋਕਾਂ ਵੀ ਆ ਕਨਸੈਪਟ ਕਿਹਾ ਵੀ ਤੁਸੀਂ ਆਹ ਕੰਮ ਕਰੋ ਪਰ ਸਾਡਾ ਮਕਸਦ ਹਜੇ ਫਿਲਹਾਲ ਆਪਣੇ ਇਸ ਕਿਸਾਨੀ ਦੇ ਅੰਦੋਲਨ ਨੂੰ ਇਸ ਦੇਸ਼ ਨੂੰ ਬਚਾਉਣ ਦੇ ਅੰਦੋਲਨ ਤੇ ਫੋਕਸ ਕਰਨ ਦਾ ਹੈ ਅਸੀਂ ਕੋਈ ਅਜੇ ਇਸ ਤਰੀਕੇ ਦਾ ਕੋਈ ਵਿਚਾਰ ਨਹੀਂ ਨਾ ਅਸੀਂ ਇਸ ਚੀਜ਼ ਤੇ ਹਜੇ ਕੋਈ ਮਤਲਬ ਆਪਣੇ ਅਗਾਹ ਵਧੂ ਵਿਚਾਰ ਨੇ ਅਸੀਂ ਸਾਡਾ ਪਹਿਲਾ ਕੰਮ ਏ ਬਈ ਅਸੀਂ ਸਰਕਾਰ ਨੂੰ ਇਸ ਮੁੱਦੇ ਤੇ ਹਰਾ ਕੇ ਤੇ ਇਹ ਦਿਖਾ ਦਈਏ ਜੇ ਕੱਲ ਨੂੰ ਵੀ ਸਾਡੇ ਦੇਸ਼ ਵਿਚ ਕੋਈ ਸਰਕਾਰ ਬਣੇ ਤਾਂ ਉਹ ਕਿਸਾਨਾਂ ਦੇ ਖਿਲਾਫ਼ ਕੋਈ ਫੈਸਲਾ ਨਾ ਲੈ ਪਏ ਜੇ ਫੈਸਲਾ ਲਏ ਤੇ ਕਿਸਾਨਾਂ ਤੋਂ ਪੁੱਛ ਕੇ ਲਏ ਵੀ ਅਸੀਂ ਇਹ ਕਾਨੂੰਨ ਲਾਗੂ ਕਰੀਏ ਜਾਂ ਨੀਤੀਆਂ ਬਣਾਈਏ ਨਾ ਬਣਾਈਏ ਸਾਡਾ ਫਿਲਹਾਲ ਇਸ ਚੀਜ਼ ਤੇ ਜ਼ਿਆਦਾ ਜ਼ੋਰ ਰਹੇਗਾ। ਸੰਯੁਕਤ ਮੋਰਚੇ ਨੇ ਪਹਿਲੇ ਦਿਨ ਤੋਂ ਬੜਾ ਮਤਲਬ ਜਦੋਂ ਪੰਜਾਬ ਜਾਂ ਹਰਿਆਣਾ ਤੋਂ ਮੋਰਚਾ ਸ਼ੁਰੂ ਹੋਇਆ ਰੱਖਿਆ ਸਿਆਸੀ ਪਾਰਟੀਆਂ ਤੋਂ ਦੂਰੀ ਰੱਖੀ ਆ ਲੇਕਿਨ 26 ਜਨਵਰੀ ਤੋਂ ਬਾਅਦ ਜਿਹੜੇ ਟਿਕੈਤ ਸਾਹਿਬ ਆ ਮਤਲਬ ਉਹਨਾਂ ਨੇ ਉਹਨਾਂ ਦੇ ਮੋਰਚੇ ਤੇ ਤਕਰੀਬਨ ਸਾਰੀਆਂ ਆਪਾਂ ਕਹਿ ਲਈਏ ਸਿਆਸੀ ਪਾਰਟੀਆਂ ਦੇ ਆਗੂ ਜਾ ਕੇ ਉਹਨਾਂ ਨੂੰ ਸਰੋਪੇ ਵੀ ਦੇ ਕੇ ਆਏ ਮਿਲ ਕੇ ਵੀ ਆਏ ਆ ਉਹਨਾਂ ਨੇ ਵੈਲਕਮ ਵੀ ਕੀਤਾ ਇਹ ਥੋੜਾ ਜਿਹਾ ਫਰਕ ਲੱਗਦਾ ਮੋਰਚੇ ਦੇ ਵਿੱਚੋਂ ਜਾਂ ਕੋਈ ਇਹ ਵੀ ਤੁਹਾਡੀ ਕੋਈ ਪਾਲਿਸੀ ਦਾ ਹਿੱਸਾ ਆ। ਦੇਖੋ ਜੀ ਗੱਲ ਇਹ ਕਿਹਾ ਅਸੀਂ ਹਰਿਆਣੇ ਦਾ ਦੇਖਿਆ ਜਿਸ ਟਾਈਮ ਹਰਿਆਣੇ ਚ ਕਾਂਗਰਸ ਦੀ ਸਰਕਾਰ ਸੀ ਬੀਜੇਪੀ ਵਿਪਕਸ਼ ਸੀ ਅਸੀਂ ਇੱਕ ਸਾਈਡ ਤੇ ਕਿਸਾਨ ਯੂਨੀਅਨ ਲੜਦੀ ਸੀ ਕਾਂਗਰਸ ਸਰਕਾਰ ਦੇ ਖਿਲਾਫ਼ ਦੂਜੇ ਪਾਸੇ ਸਾਡੇ ਨਾਲ ਬੀਜੇਪੀ ਵੀ ਆ ਕੇ ਖਲੋਂਦੀ ਸੀ ਉਹ ਵੀ ਮਤਲਬ ਪ੍ਰਦਰਸ਼ਨ ਕਰਦੇ ਸਨ ਸਰਕਾਰ ਦੇ ਖਿਲਾਫ਼। ਦੇਖੋ ਜਿਹੜੇ ਕਿਸਾਨ ਆਗੂ ਨੇ ਕਿਸਾਨ ਜਥੇਬੰਦੀਆਂ ਜਿਹੜਾ ਮੌਕੇ ਦਾ ਵਿਪਕਸ਼ ਜਾਂ ਅਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਸਾਡਾ ਸਾਰਾ ਕੰਮ ਇਹ ਕਰ ਰਹੇ ਨੇ ਸਰਕਾਰ ਦੇ ਖਿਲਾਫ਼ ਲੜ ਰਹੇ ਨੇ ਠੀਕ ਹੈ ਤਾਂ ਇਹ ਡੈਮੋਕ੍ਰੇਸੀ ਚ ਹੁੰਦਾ ਵੀ ਏ ਵੀ ਜਦੋਂ ਜਿਹੜਾ ਵਿਪਕਸ਼ ਏ ਉਹ ਸਰਕਾਰ ਦੇ ਖਿਲਾਫ਼ ਆਵਾਜ਼ ਚੁੱਕਦਾ ਵਿਧਾਨ ਸਭਾ ਚ ਅਸੈਂਬਲੀ ਚ ਪਾਰਲੀਮੈਂਟ ਚ ਉਹਦੇ ਖਿਲਾਫ਼ ਆਵਾਜ਼ ਚੁੱਕਦਾ ਕਿ ਸਵਾਲ ਜਵਾਬ ਕਰਦਾ ਠੀਕ ਹੈ ਤਾਂ ਉਹਨਾਂ ਦਾ ਜੇ ਸਾਨੂੰ ਉਸ ਤਰੀਕੇ ਦਾ ਸਹਿਯੋਗ ਮਿਲਦਾ ਵੀ ਏ ਉਹ ਕੋਈ ਵੀ ਪਾਰਟੀ ਹੋਏਗੀ ਉਹ ਕੰਮ ਕਰੇਗੀ ਇਸ ਤਰੀਕੇ ਨਾਲ ਠੀਕ ਹੈ ਤਾਂ ਦੂਜੇ ਪਾਸੇ ਕੀ ਗੱਲ ਆ ਸਾਡੇ ਹੁਣ ਹਰਿਆਣੇ ਚ ਇੱਕ ਚੀਜ਼ ਸਾਡਾ ਐਕਸ
ਚੀਫ ਮਿਨਿਸਟਰ ਸਾਡੇ ਟੋਲ ਟੈਕਸਾਂ ਦੇ ਧਰਨੇ ਵਾਲੇ ਹੁੰਦਾ ਹੈ, ਉਹਨੂੰ ਮਾਈਕ ਨੀ ਮਿਲਦਾ ਨਾ ਸਟੇਜ ਮਿਲਦੀ, ਪਰ ਉਹ ਥੱਲੇ ਆ ਕੇ ਲੋਕਾਂ ਚ ਬੈਠਦਾ, ਸਮਰਥਨ ਦਿੰਦਾ ਵੀ ਹਾਂ ਵੀ ਮੈਂ ਨਾਲ ਹਾਂ ਤੁਹਾਡੇ। ਠੀਕ ਹੈ, ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ ਵੀ ਤੁਸੀਂ ਸਾਡੇ ਧਰਨੇ ਚ ਆਏ, ਸਾਡੇ ਸਮਰਥਨ ਚ ਆ ਕੇ ਸਾਡੇ ਨਾਲ ਬੈਠੇ, ਅਸੀਂ ਧੰਨਵਾਦ ਕਰਦੇ ਹਾਂ। ਤਾਂ ਮਤਲਬ ਨਾ ਉਹਨਾਂ ਨੂੰ ਮਾਈਕ ਮਿਲੇਗਾ ਬੋਲਣ ਲਈ, ਨਾ ਸਟੇਜ ਮਿਲੇਗੀ। ਠੀਕ, ਹਰਿਆਣੇ ਚ ਇਸ ਤਰੀਕੇ ਨਾਲ ਚੱਲਦਾ, ਪਰ ਪੰਜਾਬ ਵਿਚ ਥੋੜਾ ਜਿਹਾ ਮਤਲਬ ਹੋਰ ਤਰੀਕਾ ਹੈ, ਉੱਥੋਂ ਦੀ ਜਥੇਬੰਦੀਆਂ ਦਾ ਉੱਥੋਂ ਦੀ ਸਿਸਟਮ ਹੋ ਰਿਹਾ। ਹੁਣ ਯੂਪੀ ਵਿਚ ਵੀ ਕੀ ਆ, ਯੂਪੀ ਵੱਡਾ ਸਟੇਟ ਆ, ਬੀਜੇਪੀ ਉੱਥੋਂ ਬਹੁਤ ਮਜ਼ਬੂਤ ਹੈ। ਅੱਛਾ ਜੀ, ਯੂਪੀ ਵਿਚ ਕਈ ਜਾਤੀਵਾਦੀ ਕਾਰਨ ਵੀ ਹੁੰਦੇ ਨੇ, ਉੱਥੇ ਬਹੁਤ ਕਸਟਾਂ ਨੇ, ਉੱਥੇ ਨਾ ਤੇ ਸਿੱਖ ਡੋਮੀਨੇਟ ਕਰਦਾ ਨਾ ਉੱਥੇ ਜੱਟ ਡੋਮੀਨੇਟ ਕਰਦਾ, ਜੱਟਾਂ ਦਾ ਇੰਨਾ ਜ਼ਰੂਰ ਹੈ ਯੂਪੀ ਵਿਚ 100 ਸੀਟਾਂ ਨੇ, ਉਹਨਾਂ ਦਾ ਬਹੁਤ ਵੱਡਾ ਅਸਰ ਹੈ ਪਸੰਦਾ ਜੀ। ਠੀਕ ਹੈ, ਤਾਂ ਹੁਣ ਜਿੰਨੇ ਐਂਟੀ ਬੀਜੇਪੀ ਤੇ ਕਿਸਾਨ ਕੌਮ ਤੋਂ ਰਿਲੇਟਿਡ ਲੀਡਰ ਨੇ, ਜਾਂ ਅਸੀਂ ਕਹਿ ਦਈਏ ਸਿੱਧਾ ਸਿੱਧਾ ਜਿਹੜੇ ਜਾਟ ਲੀਡਰ ਨੇ, ਜਿਹਦੇ ਚ ਅਭੈ ਚੌਟਾਲਾ, ਜਾਂ ਯੂਪੀ ਚ ਅਜੀਤ ਚੌਧਰੀ ਉਹਦਾ ਬੇਟਾ ਜਯੰਤ ਚੌਧਰੀ, ਹਾਂਜੀ, ਜਦੋਂ ਇਹ ਸਭ ਕੁਛ ਹੋਇਆ ਉਸ ਤੋਂ ਬਾਅਦ ਉਹ ਨਾਲ ਆ ਕੇ ਮਜ਼ਬੂਤੀ ਨਾਲ ਖੜੇ ਹੋਏ। ਠੀਕ ਹੈ, ਠੀਕ ਹੈ, ਉਸ ਚੀਜ਼ ਵਿਚ ਟਕੈਤ ਸਾਹਿਬ ਵੀ ਉਹਨਾਂ ਦਾ ਧੰਨਵਾਦ ਵੀ ਕੀਤਾ, ਵੈਲਕਮ ਵੀ ਕੀਤਾ, ਤਾਂ ਉਹ ਲਗਾਤਾਰ ਇਸ ਅੰਦੋਲਨ ਨਾਲ ਖੜੇ ਹੋਏ ਨੇ। ਠੀਕ ਹੈ, ਤਾਂ ਮੇਰਾ ਆਪਣਾ ਨਿੱਜੀ ਵਿਚਾਰ ਆ, ਜੇ ਕੋਈ ਵਿਪਕਸ਼ੀ ਪਾਰਟੀ ਸਾਡੇ ਇਸ ਅੰਦੋਲਨ ਨੂੰ ਇੱਕ ਅਲੱਗ ਆਪਣੀ ਬੇਸ ਤੇ ਆਪਣੇ ਬੇਸ ਤੇ ਜੇ ਮਦਦ ਕਰ ਰਹੀ ਹੈ, ਸਾਨੂੰ ਉਹਦਾ ਧੰਨਵਾਦ ਕਰਨੇ ਚ ਕੋਈ ਗਲਤ ਗੱਲ ਨਹੀਂ ਹੈ। ਸਾਨੂੰ ਕਹਿਣਾ ਚਾਹੀਦਾ ਤੇ ਉਸ ਨੂੰ ਕਹਿਣਾ ਚਾਹੀਦਾ, ਜੇ ਤੂੰ ਅੱਜ ਵਿਪਕਸ਼ ਵਿਚ ਕੱਲ ਨੂੰ ਸੱਤਾ ਜਾਏਗਾ ਤਾਂ ਤੁਸੀਂ ਸਾਡੇ ਵੀ ਬਾਰੇ ਵੀ ਸੋਚੋ, ਕੱਲ ਨੂੰ ਅਸੀਂ ਦੇਖੋ ਇਹ ਚੀਜ਼ ਤਾਂ ਹੈ ਕੋਈ ਨੀ, ਜੇ ਕੋਈ ਸਾਡੀ ਮਦਦ ਕਰ ਰਿਹਾ ਤੇ ਕੋਈ ਵੀ ਕਰ ਰਿਹਾ ਤੇ ਐਂਟੀ ਬੀਜੇਪੀ ਆ ਕੇ ਮਦਦ ਕਰ ਰਿਹਾ, ਸਾਨੂੰ ਉਹਦਾ ਧੰਨਵਾਦ ਕਰਨ ਵਿਚ ਕੋਈ ਮਨਾਹੀ ਨੀ, ਕੋਈ ਗਲਤ ਚੀਜ਼ ਨੀ, ਸਾਡਾ ਮੰਨਣਾ ਤੇ ਆ। ਕਿਉਂਕਿ ਜੇ ਆਪਾਂ ਵੈਸੇ ਵੀ ਦੇਖਦੇ ਹਾਂ ਸਿੰਘੂ ਬਾਰਡਰ ਤੇ ਜਾਂ ਕਿਤੇ ਵੀ ਦੇਖਦੇ ਹਾਂ, ਚਾਹੇ ਹਰਿਆਣੇ ਦੇ ਲੋਕਾਂ ਨੂੰ ਦੇਖ ਲੈਣੇ ਆ, ਪੰਜਾਬ ਦੇ ਲੋਕਾਂ ਨੂੰ ਦੇਖ ਲਈਏ, ਉੱਥੇ ਧਾਰਮਿਕ ਸ਼ਖਸੀਅਤਾਂ ਨੇ ਵੀ ਤੇ ਜਿਹੜੀਆਂ ਧਾਰਮਿਕ ਜਥੇਬੰਦੀਆਂ ਜਾਂ ਉਹਨਾਂ ਦੇ ਆਗੂਆਂ ਨੇ ਵੀ ਆ ਕੇ ਕਾਫੀ ਸਪੋਰਟ ਕੀਤੀ ਆ, ਬਹੁਤ ਕੈਂਪ ਵੀ ਲੱਗੇ ਹੋਏ ਆ, ਵਿਦੇਸ਼ਾਂ ਤੋਂ ਵੀ ਬਹੁਤ ਜਥੇਬੰਦੀਆਂ ਜਿਹੜੀਆਂ ਉੱਥੇ ਮਤਲਬ ਸਵਾਲਾਂ ਕਰ ਰਹੀਆਂ ਆ, ਮਤਲਬ ਉੱਥੇ ਆਪਾਂ ਇਹ ਨੀ ਕਹਿ ਸਕਦੇ ਕਿ ਉਹ ਕਿਉਂ ਆਉਂਦੇ ਆ ਜਾਂ ਉਹਨਾਂ ਨੂੰ ਆਉਣਾ ਨੀ ਚਾਹੀਦਾ, ਪਰ ਪਹਿਲਾਂ ਪਹਿਲਾਂ ਇੱਦਾਂ ਦੀ ਬਿਆਨਬਾਜ਼ੀ ਜਿਹੀ ਹੋਈ ਸੀ ਜਿਹੜੀ ਲੋਕਾਂ ਨੂੰ ਕਾਫੀ ਮਤਲਬ ਹਿਰਦੇ ਵੇਦਕ ਵੀ ਲੱਗਦੀ ਸੀਗੀ ਕਿ ਇੱਥੇ ਸਾਹਿਬ ਘੋੜੇ ਵਾਪਸ ਲੈ ਜਾਓ ਨਿਹੰਗ ਸਿੰਘਾਂ ਬਾਰੇ, ਜਾਂ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ ਮਤਲਬ ਵਿੱਚ ਵਿਚਾਰਧਾਰਾ ਜਿਹੜੀ ਕਾਮਰੇਡੀ ਵਿਚਾਰਧਾਰਾ ਉਹ ਕਈ ਵਾਰੀ ਏਦਾਂ ਲੱਗਣ ਲੱਗ ਪੈਂਦੀ ਲੋਕਾਂ ਨੂੰ ਵੀ ਸ਼ਾਇਦ ਮੋਰਚੇ ਦੇ ਵਿੱਚ ਉਹ ਹਾਵੀ ਆ, ਪਰ ਤੁਹਾਡੀਆਂ ਗੱਲਾਂ ਤੋਂ ਨਹੀਂ ਲੱਗਦਾ ਕਿ ਉਹ ਹਾਵੀ ਆ। ਨਾ ਜੀ, ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਜੀ, ਇਹ ਅੰਦੋਲਨ ਪਰਮਪਿਤਾ ਪਰਮਾਤਮਾ ਦਾ ਖੜਾ ਕੀਤਾ ਅੰਦੋਲਨ ਹੈ। ਠੀਕ, ਨਾ ਇਹਦੇ ਚ ਕਿਸਾਨ ਯੂਨੀਅਨਾਂ ਦਾ ਜਥੇਬੰਦੀਆਂ ਦਾ ਕੋਈ ਜ਼ਿਆਦਾ ਲੰਮਾ ਚੌੜਾ ਰੋਲ ਆ। ਠੀਕ ਆ, ਉਹ ਅੱਗੇ ਲਗਾਤੇ ਅੱਗੇ ਲੱਗੇ ਨੇ ਅਸੀਂ, ਬਾਕੀ ਇਹ ਪਰਮਪਿਤਾ ਪਰਮਾਤਮਾ ਦਾ ਖੜਾ ਕੀਤਾ ਅੰਦੋਲਨ ਆ ਅਤੇ ਪਰਮਾਤਮਾ ਇਹਦੇ ਉੱਤੇ ਹੱਥ ਰੱਖਿਆ ਇਸ ਅੰਦੋਲਨ ਦੇ, ਤਾਂ ਉਹ ਹੀ ਇਸ ਨੂੰ ਚਲਾ ਰਿਹਾ। ਠੀਕ ਹੈ, ਤਾਂ ਹਾਂ ਇਹ ਅੰਦੋਲਨ ਕਿਸੇ ਇੱਕ ਦਾ ਨੀ, ਕਿਸੇ ਜਥੇਬੰਦੀ ਦਾ ਨੀ, ਇਹ ਇੱਕ ਅਹੰਕਾਰ ਦੇ ਖਿਲਾਫ਼, ਇੱਕ ਅਹੰਕਾਰੀ ਰਾਜਾ ਨੂੰ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਏ ਉਹਨੂੰ ਝੁਕਾਉਣ ਵਾਸਤੇ ਪਰਮਾਤਮਾ ਦਾ ਖੜਾ ਕੀਤਾ ਅੰਦੋਲਨ ਹੈ, ਜਿਹਦੇ ਚ ਅਸੀਂ ਸਾਰੇ ਉਹਦੇ ਵਿਚ ਜੋ ਪਰਮਾਤਮਾ ਸਾਡੀ ਡਿਊਟੀ ਲਾ ਕੇ ਸਾਨੂੰ ਅੱਗੇ ਕੀਤਾ ਸੀ ਆਪਣਾ ਆਪਣਾ ਸੇਵਾ ਨਿਭਾ ਰਹੇ ਹਾਂ, ਉਹਦੇ ਵਿਚ ਹਰ ਬੰਦੇ ਦੀ ਸੇਵਾ ਹੈ। ਉਹਦੇ ਸਾਡੇ ਐਨ ਆਰ ਆਈ ਭਰਾ ਜਿਹੜੇ ਬਾਹਰ ਬੈਠੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ, ਕਿਉਂਕਿ ਹਰਿਆਣੇ ਚ ਇੱਕ ਤੁਹਾਡੇ ਇੰਗਲੈਂਡ ਦਾ ਸੰਗਤ ਟਰੱਸਟ ਏ, ਮੈਨੂੰ ਉਹਨਾਂ ਦੇ ਨਾਲ ਸ਼ਹੀਦ ਪਰਿਵਾਰਾਂ ਚ ਜਾਣ ਦਾ ਮੌਕਾ ਮਿਲਿਆ। ਹਰਿਆਣੇ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਉਹ 1-1 ਲੱਖ ਰੁਪਇਆ ਘਰ ਜਾ ਕੇ ਉਹਨਾਂ ਦੇ ਦੁੱਖ ਸਾਂਝਾ ਕਰਦੇ ਨੇ, ਨਾਲੇ ਮਦਦ ਦੇ ਰਹੇ ਨੇ। ਹਾਂਜੀ, ਭਾਈ ਰਣਧੀਰ ਸਿੰਘ ਆ ਜਿਹੜੇ ਉੱਥੇ ਤੁਹਾਡੇ ਨਾਲ ਗਏ ਸੀ। ਹਾਂਜੀ, ਹਾਂ ਭਾਜੀ ਰਣਧੀਰ ਸਿੰਘ ਜੀ ਉਹ ਸਾਡੇ ਨਾਲ ਜਾਂਦੇ ਨੇ ਜੀ ਹਰ ਘਰ, ਬਹੁਤ ਸੱਜਣ, ਬੜੀ ਉਹ ਟਰੱਸਟ ਬਾਰੇ ਮੈਂ ਕਹਾਂਗਾ, ਮੈਂ ਬਹੁਤ ਬੜੇ ਨੇੜੇ ਹੋਏ ਦੀ ਇਮਾਨਦਾਰ ਕੋਈ ਸੰਸਥਾ ਨਹੀਂ ਦੇਖੀ, ਹਰ ਚੀਜ਼ ਨੂੰ ਬੜੇ ਲੋੜਵੰਦ ਨੂੰ ਬੜੇ ਬੜੀ ਤੜੋ ਬਣੋ ਉਹਨਾਂ ਮਦਦ ਦਿੱਤੀ ਹੈ, ਬੜੇ ਦੁੱਖ ਸਾਹੇ ਕੀਤੇ ਨੇ ਹਰਿਆਣੇ ਦੇ ਲੋਕ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਨੇ। ਮੈਂ ਹਰਿਆਣੇ ਚ ਕੰਮ ਕਰਨ ਵਾਲਾ ਬੰਦਾ ਜੀ, ਜਿੱਥੇ ਖਾਲੀ ਸਿੱਖ ਨੀ ਉੱਥੇ ਹਿੰਦੂ ਵੀ ਆ, ਸਿੱਖ ਵੀ ਆ, ਮੁਸਲਮਾਨ ਵੀ ਆ, ਉਹ ਲੋਕ ਸਾਡੇ ਸਿੱਖਾਂ ਦੀ ਬਹੁਤ ਵਡਿਆਈ, ਬੜਾ ਸਾਨੂੰ ਵੀ ਸਕੂਨ ਮਿਲਦਾ ਹੈ ਜਦੋਂ ਕਹਿੰਦੇ ਨੇ ਯਾਰ ਇੰਗਲੈਂਡ ਤੋਂ ਚੱਲ ਕੇ ਤੇ ਸਿੱਖਾਂ ਦਾ ਇੱਕ ਟਰੱਸਟ ਇੱਕ ਸੰਸਥਾ ਆਈ, ਉਹ ਸਾਨੂੰ ਪਿੰਡ ਚ ਲੱਖ ਲੱਖ ਰੁਪਇਆ ਦੇ ਕੇ ਜਾ ਰਹੀ ਹੈ, ਬਹੁਤ ਵੱਡੀ ਗੱਲ ਹੈ ਜੀ। ਹਾਂਜੀ, ਇੱਥੇ ਉਹ ਸੰਗਤ ਟੀਵੀ ਤੇ ਮਤਲਬ ਲੋਕਾਂ ਨੂੰ ਦੱਸਦੇ ਵੀ ਆ, ਤੁਹਾਡੀਆਂ ਵੀਡੀਓ ਵੀ ਮੈਂ ਵੀ ਦੇਖੀਆਂ, ਹੋਰ ਵੀ ਸੰਗਤਾਂ ਦੇਖਦੀਆਂ ਤੇ ਕਾਫੀ ਜਿੱਦਾਂ ਸੰਗਤਾਂ ਨੂੰ ਜਦੋਂ ਕੋਈ ਚੀਜ਼ ਸਹੀ ਲੱਗਦੀ ਆ ਵੀ ਹਾਂ ਵਧੀਆ ਹੋ ਰਹੀ ਆ ਤੇ ਉਹਦੀ ਹੈਲਪ ਵੀ ਕਰ ਰਹੀਆਂ ਸੰਗਤਾਂ, ਉਹਦੇ ਚ ਆਪਣਾ ਸਹਿਯੋਗ ਵੀ ਦਿੰਦੀਆਂ।
सहयोगी ने मैं एक चीज कहना चाहूंगा जी एन आर आई भरावां नूं जिस तरीके नाल संगत ट्रस्ट खुद पहुंच के मदद कर रहा है सीधा डायरेक्ट तुसी सारे मतलब साडे इत्थे मैं आ कहांगा हर संस्था ईमानदार नहीं तुसी कोशिश आ करिया करो एन आर आई भरा भी जेडी मदद है सीधी पहुंचाई जाए ठीक है नूं लोड आ ਹਾਂਜੀ ਹਾਂਜੀ ਖਾਸ ਕਰਕੇ ਜਿਹੜੇ ਐਨ ਆਰ ਆਈ ਪੁਰਾਣੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਾਂਗਾ ਵੀ ਤੁਸੀਂ ਆਪਣੇ ਆਪਣੇ ਪਿੰਡ ਤੇ ਧਿਆਨ ਦਿਓ ਬਸ ਠੀਕ ਹੈ ਤੁਸੀਂ ਜਿਆਦਾ ਕਿਉਂਕਿ ਪਿੰਡ ਚ ਤੁਹਾਡਾ ਲਿੰਕ ਵੀ ਆ ਤੁਹਾਡਾ ਭਾਈਚਾਰਾ ਪਰਿਵਾਰ ਬੈਠਾ ਹੈ ਪਿੰਡ ਚ ਤੁਹਾਡੇ ਕੋਈ ਦੁਖੀ ਆ ਕੋਈ ਕਿਸਾਨ ਅੰਦੋਲਨ ਜਾਣਾ ਚਾਹ ਰਿਹਾ ਉਹਨੂੰ ਮਦਦ ਦੀ ਜ਼ਰੂਰਤ ਹੈ ਆਪਣਾ ਆਪਣਾ ਪਿੰਡ ਸੰਭਾਲ ਲਈਏ ਅਸੀਂ ਪੂਰਾ ਪੰਜਾਬ ਸੰਭਾਲਿਆ ਜਾਏਗਾ ਪੂਰਾ ਹਰਿਆਣਾ ਸੰਭਾਲਿਆ ਜਾਏਗਾ ਮਤਲਬ ਆਪਣੇ ਆਪਣੇ ਪਿੰਡ ਦੀ ਹੈਲਪ ਕਰ ਦਿੱਤੀ ਹੈ ਕਿ ਤੁਹਾਨੂੰ ਆਪਣੇ ਆਪ ਤੇ ਯਕੀਨ ਹੋਊਗਾ ਦੂਸਰਾ ਮਤਲਬ ਤੁਹਾਨੂੰ ਇਹ ਨਹੀਂ ਕਹਿਣਾ ਪਊਗਾ ਜੀ ਫਲਾਨਾ ਖਾ ਗਿਆ ਤਾਂ ਹੋ ਗਿਆ ਤਾਂ ਹੋ ਗਿਆ ਆ ਫਲਾਨਾ ਖਾ ਗਿਆ ਮਤਲਬ ਤੁਸੀਂ ਆਪਣੇ ਪਿੰਡ ਤੁਹਾਨੂੰ ਆਪ ਪਤਾ ਤੁਹਾਡੇ ਬਜ਼ੁਰਗ ਬੈਠੇ ਨੇ ਤੁਹਾਡਾ ਪਰਿਵਾਰ ਬੈਠਾ ਹੈ ਉੱਥੇ ਸਾਡਾ ਕੋਈ ਗਰੀਬ ਭਰਾ ਹੈ ਦਲਿਤ ਭਰਾ ਹੈ ਕਿਸੇ ਬੱਚੇ ਦਾ ਪਿਤਾ ਗੁਜ਼ਰ ਗਿਆ ਉਹਦਾ ਮਜ਼ਦੂਰੀ ਨਾਲ ਹੀ ਘਰ ਚੱਲਦਾ ਸੀ ਉਹਦਾ ਬੱਚਾ ਵਿਹਾਉਣਾ ਹੈ ਉਹਦੇ ਬੱਚੇ ਨੂੰ ਪੜ੍ਹਾਉਣਾ ਉਹਨੂੰ ਅਡੋਪਟ ਕਰੋ ਉਹਦੇ ਤੇ ਖਰਚਾ ਕਰੋ ਖੁਦ ਕਰੋ ਆਪਣੇ ਹੱਥਾਂ ਨਾਲ ਕਰੋ ਠੀਕ ਹੈ ਤਾਂ ਮੇਰਾ ਇਹ ਮਤਲਬ ਨਿੱਜੀ ਵਿਚਾਰ ਆ ਕਿਉਂਕਿ ਮੈਂ ਦੇਖਦਾ ਪਿਛਲੇ ਲੰਬੇ ਟਾਈਮ ਤੋਂ ਦੇਖ ਰਿਹਾ ਜਿਹੜੀਆਂ ਕੁਛ ਗਲਤ ਸੰਸਥਾਵਾਂ ਵੀ ਸਾਡੇ ਵਿੱਚ ਘੁਸੀਆਂ ਨੇ ਉਹਨਾਂ ਦਾ ਐਨ ਆਰ ਆਈ ਭਰਾਵਾਂ ਵੱਲ ਵਿਸ਼ੇਸ਼ ਧਿਆਨ ਹੁੰਦਾ ਹੈ ਉਹ ਕੰਮ ਥੋੜਾ ਕਰਦੀਆਂ ਨੇ ਪ੍ਰਚਾਰ ਜ਼ਿਆਦਾ ਕਰਕੇ ਉੱਥੋਂ ਲੁੱਟ ਖਸੁੱਟ ਦਾ ਕੰਮ ਵੀ ਕਰਦੀਆਂ ਨੇ ਤਾਂ ਇਹ ਚੀਜ਼ ਪੈਸੇ ਦੇ ਨਾਲ ਨਾਲ ਇੰਗਲੈਂਡ ਤੋਂ ਚੱਲ ਕੇ ਆਏ ਨੇ ਜੀ ਇੰਨੀ ਦੂਰੋਂ ਸਾਡੇ ਘਰ ਸਾਡੇ ਗਰੀਬਾਂ ਦੇ ਘਰ ਠੀਕ ਹੈ ਜੀ ਚਲੋ ਇਹ ਜਿਹੜਾ ਆਪਾਂ ਤੁਸੀਂ ਗੱਲ ਕੀਤੀ ਬਹੁਤ ਵਧੀਆ ਕਿਉਂਕਿ ਇਹਦੇ ਲਈ ਜਾਗਰੂਕ ਹੋਣਾ ਸਾਵਧਾਨ ਹੋਣਾ ਬਹੁਤ ਜ਼ਰੂਰੀ ਜਿਹੜਾ ਕੋਈ ਕੰਮ ਕਰਦਾ ਹੈ ਉਹਦੀ ਸੇਫਟੀ ਵੀ ਕਰਨੀ ਚਾਹੀਦੀ ਆ ਤੇ ਜਿਸ ਤਰ੍ਹਾਂ ਆਪਾਂ ਹੁਣ ਜਿੱਦਾਂ ਆਖਰ ਦੇ ਵਿੱਚ ਜੇ ਕਹੀਏ ਵੀ ਸਰਕਾਰ ਦੇ ਵਿੱਚ ਜਿਹੜਾ ਲੱਗਾ ਡੈਡ ਲੋਕ ਹੋਇਆ ਗੱਲਬਾਤ ਚੱਲ ਨਹੀਂ ਰਹੀ ਕੋਈ ਗੱਲਬਾਤ ਚੱਲਦੀ ਆ ਤੇ ਕਿਤੇ ਤੈਅ ਬੈਠਣ ਦਾ ਲੱਗਦਾ ਵੀ ਜੇ ਸਰਕਾਰ ਕਵੇ ਜਿੱਦਾਂ ਉਹ ਸਸਪੈਂਡ ਦੀ ਗੱਲ ਕਰਦੀ ਹੈ ਵੀ 2 ਸਾਲ ਜਾਂ 3 ਸਾਲ ਦੇ ਅਸੀਂ ਕਾਨੂੰਨ ਸਸਪੈਂਡ ਕਰ ਦਿੰਦੇ ਹਾਂ ਐਮ ਐਸ ਪੀ ਜਿੱਦਾਂ ਉਹ ਜਵਾਨੀ ਤੇ ਕਹਿ ਰਹੇ ਆ ਤੇ ਕਾਨੂੰਨ ਬਣਾ ਦਿੰਦੀ ਆ ਤੇ ਫੇਰ ਫੈਸਲਾ ਹੋ ਸਕਦਾ ਦੇਖੋ ਜੀ ਸਰਕਾਰ ਕਾਨੂੰਨਾਂ ਨੂੰ ਸਸਪੈਂਡ ਕਰਨ ਲਈ ਤਾਂ ਤਿਆਰ ਹੈ ਸਸਪੈਂਡ ਮਤਲਬ ਡੀ ਨੋਟੀਫਾਈ ਆ ਲਗਾ ਲਓ ਰੱਦ ਉਹ ਤਾਂ ਮਤਲਬ ਸਾਡਾ ਮੰਗ ਪੂਰੀ ਕਰਨ ਲਈ ਸਰਕਾਰ ਤਿਆਰ ਆ ਓਕੇ ਸਾਡਾ ਮੇਨ ਮਤਲਬ ਜਿਹੜਾ ਸਾਡਾ ਰੁਕਾਵਟ ਜਿੱਥੇ ਆਈ ਉਹ ਐਮ ਐਸ ਪੀ ਗਰੰਟੀ ਅੱਛਾ ਜੀ ਜਦੋਂ ਤੱਕ ਸਰਕਾਰ ਦੇਖੋ ਜੀ ਬਾਰ ਬਾਰ ਨਾ ਦੇ ਅੰਦੋਲਨ ਖੜੇ ਹੁੰਦੇ ਇੱਡੇ ਵੱਡੇ ਨਾ ਹੀ ਐਵੇਂ ਇਸ ਤਰੀਕੇ ਨਾਲ ਅੰਦੋਲਨ ਖੜੇ ਕਰਨ ਲਈ ਤੇ ਕੁਦਰਤ ਦਾ ਖੜਾ ਕੀਤਾ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਅੰਦੋਲਨ ਹੈ ਹਾਂਜੀ ਤਾਂ ਹੁਣ ਗੱਲ ਕੀ ਹੈ ਅਸੀਂ ਅੱਜ ਕਾਨੂੰਨ ਰੱਦ ਹੋ ਗਏ 2 ਸਾਲ ਵਾਸਤੇ ਜਾਂ ਸਸਪੈਂਡ ਹੋ ਗਏ ਅਸੀਂ ਚਲੇ ਗਏ ਕੱਲ ਨੂੰ ਸਾਡਾ ਜਿਹੜੀਆਂ ਫਸਲਾਂ ਦਾ ਪੈਸਾ ਉਹ ਸੈਂਟਰ ਸਰਕਾਰ ਦਿੰਦੀ ਆ ਸਟੇਟ ਗੌਰਮੈਂਟ ਨੂੰ ਖਰੀਦਣ ਵਾਸਤੇ ਠੀਕ ਹੈ ਇਹਨਾਂ ਉੱਤੋਂ ਹੱਥ ਖਿੱਚ ਲਏ ਸਾਡੀ ਪੰਜਾਬ ਨੂੰ ਹਰਿਆਣੇ ਨੂੰ ਪੈਸਾ ਹੀ ਨਾ ਦਿੱਤਾ ਤਾਂ ਐਮ ਐਸ ਪੀ ਤਾਂ ਆਪਣੇ ਆਪ ਖਤਮ ਹੋ ਗਿਆ ਸਾਡੀ ਫਸਲ ਖਰੀਦੇਗਾ ਕੌਣ ਸਟੇਟਾਂ ਕੋਲ ਪੈਸਾ ਨੀ ਇਸ ਕਰਕੇ ਉਹਦਾ ਸਾਨੂੰ ਕਾਨੂੰਨ ਬਹੁਤ ਜ਼ਰੂਰੀ ਹੈ ਵੀ ਸਾਡਾ ਇੱਕ ਕਾਨੂੰਨੀ ਹੱਕ ਹੋ ਜੇ ਸਾਡੀ ਫਸਲ ਇਹਨਾਂ ਨੂੰ ਖਰੀਦਣੀ ਪਏ ਮਤਲਬ ਤੁਸੀਂ ਜਿਹੜਾ ਲੱਗਦਾ ਜਿੰਨੀ ਆਪਾਂ ਗੱਲਬਾਤ ਕੀਤੀ ਉਹਦੇ ਤੋਂ ਇਹ ਲੱਗਦਾ ਵੀ ਸਾਰਿਆਂ ਤੋਂ ਜ਼ਿਆਦਾ ਮਹੱਤਵਪੂਰਨ ਐਮ ਐਸ ਪੀ ਆ ਪੂਰੇ ਦੇਸ਼ ਨੂੰ ਮਿਲਣੀ ਜੇ ਉਹ ਮਿਲਦੀ ਆ ਤਾਂ ਨਹੀਂ ਬਚਾ ਨੀ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਸਾਨੂੰ ਐਮ ਐਸ ਪੀ ਦੀ ਗਰੰਟੀ ਹੋਏ ਅਸੀਂ ਦੇਖੋ ਜੀ ਕੋਈ ਵੀ ਫੈਕਟਰੀ ਵਾਲਾ ਕੋਈ ਵੀ ਬਣਾਉਂਦਾ ਆਪਣੀ ਚੀਜ਼ ਉਹਦੇ ਉੱਤੇ ਆਪਣਾ ਐਮ ਆਰ ਪੀ ਲਿਖਦਾ ਹੈ ਐਮ ਆਰ ਪੀ ਦਾ ਫੁੱਲ ਫਾਰਮ ਹੁੰਦੀ ਆ ਮੈਕਸੀਮਮ ਰਿਟੇਲ ਪ੍ਰਾਈਸ ਠੀਕ ਹੈ ਉਹ ਵੱਧ ਤੋਂ ਵੱਧ ਰੇਟ ਲਿਖਦਾ ਵੀ ਮੇਰਾ ਵੱਧ ਤੋਂ ਵੱਧ ਰੇਟ ਆਇਆ ਅਸੀਂ ਸਾਡੇ ਰੇਟ ਨੂੰ ਬੋਲਿਆ ਜਾਂਦਾ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਭ ਤੋਂ ਘੱਟ ਰੇਟ ਅਸੀਂ ਸਭ ਤੋਂ ਘੱਟ ਰੇਟ ਦੀ ਲੜਾਈ ਲੜ ਰਹੇ ਹਾਂ ਉਹ ਲੜਾਈ ਤਾਂ ਵੀ ਜ਼ਰੂਰੀ ਹੈ ਸਾਨੂੰ ਜਿੰਦਾ ਰਹਿਣ ਲਈ ਵੀ ਜ਼ਰੂਰੀ ਹੈ ਉਹ ਸਾਨੂੰ ਘੱਟ ਤੋਂ ਘੱਟ ਰੇਟ ਤਾਂ ਠੀਕ ਹੈ ਬਹੁਤ ਬਹੁਤ ਆਪਣੇ ਕੋਈ ਹੋਰ ਮੋਰਚੇ ਦੀ ਖਾਸ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ ਤੁਸੀਂ ਕਹਿਣਾ ਚਾਹੁੰਦੇ ਆ ਕੋਈ ਸਵਾਲ ਨਾ ਪੁੱਛਿਆ ਹੋਵੇ ਲੇਕਿਨ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਤਾਂ ਦੱਸ ਸਕਦੇ ਦੇਖੋ ਜੀ ਮੋਰਚਾ ਬਹੁਤ ਮਜ਼ਬੂਤ ਆ ਮੇਰਾ ਪੂਰੇ ਦੇਸ਼ ਦਾ ਕਿਸਾਨ ਇਸ ਚੀਜ਼ ਲਈ ਦਿਮਾਗੀ ਤੌਰ ਤੇ ਮੈਂਟਲੀ ਤੌਰ ਤੇ ਤਿਆਰ ਆ ਅੰਦੋਲਨ ਚ 1 ਸਾਲ ਹੋਰ ਚੱਲੂ ਚਾਹੇ 2024 ਤੱਕ ਜਦੋਂ ਤੱਕ ਮੋਦੀ ਦਾ ਅਗਲਾ ਇਲੈਕਸ਼ਨ ਨਹੀਂ ਹੁੰਦਾ ਚਾਹੇ ਉਦੋਂ ਤੱਕ ਚੱਲੇ
ਅਸੀਂ ਤੁਹਾਨੂੰ ਇੱਕ ਵਾਅਦਾ ਕਰਦੇ ਹਾਂ ਆਪਣੇ ਕਿਸਾਨ ਭਰਾ ਵੱਲੋਂ, ਮੈਂ ਉਹਨਾਂ ਦੇ ਵਿੱਚ ਬੈਠਣਾ, ਅਸੀਂ ਜਿੱਤ ਕੇ ਵਾਪਸ ਮੁੜਾਂਗੇ, ਚਾਹੇ ਸਾਨੂੰ ਇਹਦੇ ਲਈ ਸੰਘਰਸ਼ ਕਿੰਨਾ ਹੀ ਲੰਮਾ ਹੀ ਕਰਨਾ ਪਏ। ਆਪਣੇ ਭਰਾਵਾਂ ਦਾ ਜੋ ਉਹਨਾਂ ਸਾਡੇ ਲਈ ਦੂਰ ਬੈਠੇ ਦੁਆਵਾਂ ਅਰਦਾਸਾਂ ਕਰਦੇ ਨੇ, ਜੋ ਸਾਡੀ ਮਦਦ ਕਰਦੇ ਨੇ, ਇੱਥੇ ਮਦਦ ਪਹੁੰਚਾ ਰਹੇ ਨੇ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਇਹ ਬੜੀ ਲੰਮੀ ਲੜਾਈ ਹੈ, ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਤੁਸੀਂ ਸਾਰੇ ਜਿਵੇਂ ਸਹਿਯੋਗ ਕੀਤਾ ਉਸ ਤਰੀਕੇ ਨਾਲ ਵੀ ਅੱਗੇ ਵੀ ਸਾਨੂੰ ਸਹਿਯੋਗ ਤੁਹਾਡਾ ਐਵੇਂ ਬਣਿਆ ਰਹੇ, ਇਹ ਅਸੀਂ ਤੁਹਾਨੂੰ ਗਰੰਟੀ ਦਿੰਦੇ ਹਾਂ। ਅਤਬਾ ਵਿਸ਼ਵਾਸ ਚ ਮੰਨਦੇ ਹਾਂ ਵੀ ਮੇਰਾ ਦੇਸ਼ ਦਾ ਕਿਸਾਨ ਸਾਰਾ ਉੱਠ ਬੈਠਾ, ਮੈਂ ਸਰਕਾਰ ਨੂੰ ਝੁਕਾਵਾਂਗੇ ਤਾਂ ਝੁਕਾ ਕੇ ਤੇ ਜਿੱਤ ਕੇ ਵਾਪਸ ਆਵਾਂਗੇ। ਉਦੋਂ ਪਹਿਲੋਂ ਅਸੀਂ ਆਉਣ ਵਾਲੇ ਨੇ। ਬਹੁਤ ਬਹੁਤ ਧੰਨਵਾਦ ਜੀ ਜਗਦੀਪ ਸਿੰਘ ਜੀ, ਤੁਸੀਂ ਸਮਾਂ ਦਿੱਤਾ ਤੇ ਅਸੀਂ ਚਾਹਵਾਂਗੇ ਸਰਦਾਰ ਗੁਰਨਾਮ ਸਿੰਘ ਕੇਡੂਨੀ ਨਾਲ ਵੀ ਸਮਾਂ ਕੱਢ ਕੇ ਸਾਡੀ ਉਹਨਾਂ ਨਾਲ ਗੱਲਬਾਤ ਕਰਾਇਓ ਆਵਾਜ਼ ਕੌਮ ਟੀਵੀ ਦੀ। ਤੁਸੀਂ ਜਿਹੜਾ ਅੱਜ ਉਹਦੇ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਸਰੋਤਿਆਂ ਦਾ ਜੀ, ਤੁਸੀਂ ਜੋ ਸਾਡੇ ਅੱਜ ਤੁਸੀਂ ਇਸ ਚੈਨਲ ਤੇ ਲਿਆ, ਤੁਹਾਡੇ ਚੈਨਲ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਲੀ ਵਾਰ ਤੁਹਾਡੀ ਆਪਣੇ ਸਾਡੇ ਹਰਿਆਣੇ ਦੇ ਜਿਹੜੇ ਕੱਲੇ ਸ਼ੇਰੇ ਹਰਿਆਣਾ ਜਿਨ੍ਹਾਂ ਨੂੰ ਬੋਲਿਆ ਜਾਂਦਾ ਹੈ, ਸਾਡੇ ਮੇਨ ਨੇਤਾ ਗੁਰਨਾਮ ਸਿੰਘ ਚੜੂਨੀ ਜੀ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾਂਗੇ। ਧੰਨਵਾਦ ਜੀ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।